ਇੰਜ ਕਰਕੇ ਬਾਬਾ ਰਾਮਦੇਵ ਨੂੰ ਆਪਣੀ ਕੋਣੀ ਨਾਲ ਘੁੱਟ ਲੈਣਾ ਤੇ ਬਾਬਾ ਰਾਮਦੇਵ ਛੁੱਟ ਨਹੀਂ ਸਕਦਾ ਉਹ ਪਹਿਲਵਾਨ ਵਿਚਾਰਾ ਪੇਟ ਸੀ ਤੇ ਉਹ ਵੀਡੀਓ ਜਿਹੜੀ ਸੀ ਜਾਣ ਬੁਝ ਕੇ ਬਣਾਈ ਗਈ ਸੀ ਕਿਸੇ ਪਹਿਲਵਾਨ ਨਾਲ ਜਦੋਂ ਕਿਤੇ ਹੱਥ ਮੋੜਾ ਤਾਂ ਫਿਰ ਤੁਹਾਨੂੰ ਪਤਾ ਲੱਗਦਾ ਕਿ ਪਹਿਲਵਾਨ ਦੀ ਤਾਕਤ ਕੀ ਹੁੰਦੀ ਹੈ ਤੇ ਬਾਬਾ ਰਾਮਦੇਵ ਨੇ ਪਤਾ ਨਹੀਂ ਕਿਹਨੂੰ ਫੜ ਲਿਆਂਦਾ ਪਰ ਆਯੁਰਵੇਦ ਦਾ ਸਭ ਤੋਂ ਵੱਡਾ ਡਾਕਟਰ ਹੋਣ ਦਾ ਜੋ ਦਾਵਾ ਉਹ ਕਰਦਾ ਇਹ ਦਾਵਾ ਗਲਤ ਹੈ ਹੁਣ ਬਾਬਾ ਰਾਮਦੇਵ ਹੁਣ ਕਹਿੰਦੇ ਨੇ ਕਿ ਕਿਸੇ ਦੇ ਪਿਓ ਵਿੱਚ ਜ਼ਰੂਰਤ ਨਹੀਂ ਕਿ ਮੈਨੂੰ ਗ੍ਰਿਫਤਾਰ ਕਰ ਲਵੇ ਬਾਬਾ ਜੀ ਜੇ ਤੁਸੀਂ ਇਸਤਰੀਆਂ ਵਾਲੇ ਕੱਪੜੇ ਪਾ ਕੇ ਨਿਕਲ ਜਾਣਾ ਤਾਂ ਫਿਰ ਤੁਹਾਨੂੰ ਗ੍ਰਿਫਤਾਰ ਕੌਣ ਕਰੇਗਾ ਜਿਉਂ ਇਹ ਕਹਿ ਰਿਹਾ ਕਿ ਕਿਸੇ ਦੇ ਪਿਓ ਵਿੱਚ ਜੁਰਤ ਨਹੀਂ ਕਿ ਮੈਨੂੰ ਗ੍ਰਿਫਤਾਰ ਕਰ ਲਵੇ ਤੇ ਕਿਹਦੇ ਬਿਹਾਫ ਤੇ ਉਹ ਗੱਲ ਕਰ ਰਿਹਾ ਹੈ ਬਿਲਕੁਲ ਸਾਤਰੀਆ ਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਆ ਹਰ ਮੋੜ ਤੇ ਸਲੀਬਾਂ ਹਰ ਪੈਰ ਤੇ ਹਨੇਰਾ ਅਸੀਂ ਫੇਰ ਵੀ ਰੁਕੇ ਨਾ ਸਾਡਾ ਵਿਵੇਕ ਜੇਰਾ ਅੱਜ ਕਿਸਾਨਾਂ ਦੇ ਜੇਰੇ ਦੀ ਗੱਲ ਕਰਾਂਗੇ ਅੰਦੋਲਨਕਾਰੀ ਕਿਸਾਨਾਂ ਦੇ ਸਿਰੜੀ ਦਿਲਾਂ ਦੀ ਗੱਲ ਕਰਾਂਗੇ ਕੱਲ ਦੇ ਦਿਨ ਨੂੰ ਉਹਨਾਂ ਨੇ ਕਾਲੇ ਦਿਵਸ ਵਜੋਂ ਮਨਾਇਆ ਤੇ ਕੱਲ ਦਾ ਦਿਨ ਕਿੰਨਾ ਕੁ ਸਫਲ ਰਿਹਾ ਕਿੰਨਾ ਕੁ ਹੰਗਾਰਾ ਮਿਲਿਆ ਇਸ ਬਾਰੇ ਆਪਣੇ ਮਾਹਿਰ ਮਹਿਮਾਨ ਦੇ ਨਾਲ ਗੱਲਬਾਤ ਕਰਾਂਗੇ कोरोना महामारी ਦੀ ਗੱਲਬਾਤ ਤੋਂ ਇਲਾਵਾ ਹਲਕੀ ਫੁਲਕੀ ਰਾਜਨੀਤੀ ਦੀ ਗੱਲ ਵੀ ਕਰਾਂਗੇ। ਇਸ ਵੇਲੇ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਸਾਡੇ ਮਾਹਿਰ ਮਹਿਮਾਨ ਕੁਲਦੀਪ ਸਿੰਘ ਹੀਰ ਜੀ। ਸਤਿ ਸ੍ਰੀ ਅਕਾਲ ਕੁਲਦੀਪ ਜੀ। ਸਤਿ ਸ੍ਰੀ ਅਕਾਲ ਸਭ ਲਈ। ਕੁਲਦੀਪ ਜੀ ਜਿਵੇਂ ਹੁਣੇ ਗੱਲ ਕੀਤੀ ਕਿ ਅਸੀਂ ਕਿਸਾਨਾਂ ਦੇ ਜੇਰੇ ਦੀ ਗੱਲ ਕਰਾਂਗੇ। ਜੇ ਕਿਸਾਨ ਅੰਦੋਲਨ ਦੀ ਗੱਲ ਕਰੀਏ ਤੇ ਕੱਲ 6 ਮਹੀਨੇ ਹੋ ਗਏ ਨੇ ਤੇ ਅੰਦੋਲਨ ਅੱਜ 7ਵੇਂ ਮਹੀਨੇ 'ਚ ਪੈਰ ਪਾ ਗਿਆ। ਤੇ ਜੇ ਲੇਖਾ ਜੋਖਾ ਕਰਨਾ ਹੋਵੇ ਤੇ ਕੀ ਕੁਝ ਮਿਲਿਆ ਕਿਸਾਨਾਂ ਨੂੰ ਹੁਣ ਤੱਕ? ਕਿਸਾਨ ਦਾ ਜੇਰਾ ਬਹੁਤ ਵੱਟਾ। ਹੂੰ। ਇਸ ਵਿੱਚ ਕੋਈ ਸ਼ੱਕ ਨਹੀਂ। ਜੀ। ਫਸਲਾਂ ਬੀਜ ਧਰਤੀ ਦੀ ਹਿੱਕ ਦੇ ਵਿੱਚ ਗੱਡ ਕੇ ਤੇ ਫਿਰ ਉਸ ਤੋਂ ਬਾਅਦ ਉਸ ਤੇ ਜੰਮਣ ਦਾ ਇੰਤਜ਼ਾਰ ਕਰਨਾ ਫਿਰ ਬੱਚੇ ਵਾਂਗ ਉਸ ਨੂੰ ਪਾਲਣਾ ਤੇ ਮੰਡੀਆਂ ਤੱਕ ਪਹੁੰਚਾਉਣਾ ਤੇ ਫਿਰ ਬੇਕਦਰੀ ਸਹਿਣ ਕਰਨਾ ਤੇ ਫਿਰ ਘਰ ਨੂੰ ਆ ਜਾਣਾ ਇਸ ਦੇ ਬਾਵਜੂਦ ਫਿਰ ਉਹ ਹੀ ਰੂਟੀਨ ਅਗਲੇ ਸਾਲ ਕਈ ਸਾਲਾਂ ਤੋਂ ਕਈ ਦਹਾਕਿਆਂ ਤੋਂ ਸਦੀਆਂ ਤੋਂ ਕਿਸਾਨ ਜਿਹੜਾ ਕਰਦਾਰ ਆ ਜੀ ਸ਼ੋਸ਼ਣ ਇਸੇ ਤਰ੍ਹਾਂ ਹੁੰਦਾ ਰਿਹਾ ਕਿਸਾਨ ਦਾ ਦੁਨੀਆ ਭਰ ਵਿੱਚ ਹੋ ਰਿਹਾ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਜੀ ਇੱਕ ਪੁਰਾਣੀ ਕਹਾਣੀ ਹੈ ਅੰਗਰੇਜ਼ੀ ਦੀ ਕਹਾਣੀ ਜੋ ਸਾਡੇ ਸਿਲੇਬਸ ਵਿੱਚ ਹੋਇਆ ਕਰਦੀ ਸੀ लेटर टू गॉड जी ਜਿਸ ਦੇ ਵਿੱਚ ਇੱਕ ਕਿਸਾਨ ਆਪਣੀ ਫਸਲ ਬਰਬਾਦ ਹੋਣ ਤੇ ਇੱਕ ਚਿੱਠੀ ਜਿਹੜੀ ਲਿਖਦਾ ਉਸ ਦੇ ਵਿੱਚ ਆਪਣੀਆਂ ਤੰਗੀਆਂ ਤਰਸ਼ੀਆਂ ਲਿਖਦਾ ਕਿ ਕਿਵੇਂ ਮੇਰੀ ਫਸਲ ਬਰਬਾਦ ਹੋ ਗਈ ਹੈ ਤੇ ਮੇਰੇ ਕੋਲ ਖੱਖ ਖਾਣ ਨੂੰ ਬਚਿਆ ਨਹੀਂ ਕੁਝ ਨਹੀਂ ਹੈ ਮੇਰੇ ਕੋਲ ਤੇ ਮੈਨੂੰ ਰੱਬ ਜੀ ਗॉड ਨੂੰ ਲਿਖ ਕੇ ਉਹ ਲੈਟਰ ਜਿਹੜੀ ਆ ਬਾਕਸ ਦੇ ਵਿੱਚ ਪਾ ਦਿੰਦਾ ਹੈ ਜੀ ਤੇ ਉਹ ਕਹਿੰਦਾ ਕਿ ਦੇਖੋ ਰੱਬ ਜੀ ਮੇਰੀ ਮਦਦ ਕਰੋ ਮੇਰਾ ਹਾਲ ਮੇਰੀ ਹਾਲਤ ਬਹੁਤ ਜ਼ਿਆਦਾ ਪੁਰੀ ਹੈ ਹੁਣ ਉਹ ਜਿਹੜੇ ਡਾਕ ਖਾਨੇ ਦੇ ਵਿੱਚ ਉਹ ਚਿੱਠੀ ਉਸਦੀ ਪਹੁੰਚਦੀ ਹੈ ਉਹ ਜਦੋਂ ਦੇਖਦੇ ਨੇ ਕਿ ਜਾਣੀ ਕਿੱਥੇ ਡਾਕ ਤੇ ਪੜਨਾ ਹੁੰਦਾ ਉਹਨਾਂ ਨੇ ਐਡਰੈਸ ਤੇ ਉਹ ਦੇਖਦੇ ਇਹ ਤਾਂ ਰੱਬ ਨੂੰ ਲਿਖੀ ਗਈ ਹੈ ਗॉड ਨੂੰ ਤੇ ਉਹ ਉਹ ਕਹਿੰਦੇ ਨੇ ਕਿ ਦੇਖੋ ਬੜਾ ਬੜਾ ਗਰੀਬੜਾ ਜਿਹਾ ਕਿਸਾਨ ਹੈ ਭੁਲਾ ਬਹੁਤ ਹੈ ਜੀ ਤੇ ਇਹਦੀ ਕੋ ਮਦਦ ਕੀਤੀ ਜਾਵੇ ਤੇ ਰੱਬ ਨੂੰ ਅਸੀਂ ਚਿੱਠੀ ਕਿੱਥੇ ਨੂੰ ਭੇਜਣੀ ਹੈ ਤੇ ਉਹ ਆਪਣੇ ਕੋਲੋਂ ਜਿੰਨੇ ਕੋ ਪੈਸੇ ਦੇ ਉਹਨੇ ਮੰਗ ਕੀਤੀ ਸੀ ਥੋੜੇ ਬਹੁਤੇ ਜਿੰਨੇ ਕੋ ਉਹਨਾਂ ਕੋਲ ਹੋਏ ਤੇ ਬਾਕੀ ਉਹ ਇਕੱਠੇ-ਕੁੱਠੇ ਕਰਕੇ ਜਿਹੜੇ ਸੀ ਉਹ ਕਿਸਾਨ ਨੂੰ ਵਾਪਸ ਜਿਹੜਾ ਆ ਚਿੱਠੀ ਦੇ ਵਿੱਚ ਭਾ ਕੇ ਜਾਂ ਮਨੀ ਆਰਡਰ ਜਾਂ ਜਿਵੇਂ ਵੀ ਉਹ ਭੇਜ ਦਿੰਦੇ ਨੇ ਤੇ ਕਿਸਾਨ ਇੱਕ ਫੇਰ ਚਿੱਠੀ ਲਿਖਦਾ ਹੈ ਤੇ ਜਦੋਂ ਚਿੱਠੀ ਡਾਕਖਾਨੇ ਵਾਲੇ ਖੋਲਦੇ ਨੇ ਜਿਹੜੀ ਫੇਰ ਰੱਬ ਨੂੰ ਲਿਖੀ ਹੁੰਦੀ ਹੈ ਤੇ ਉਸ ਦੇ ਵਿੱਚ ਲਿਖਿਆ ਹੁੰਦਾ ਕਿ ਦੇਖੋ ਰੱਬ ਜੀ ਤੁਸੀਂ ਤੇ ਮੈਨੂੰ ਪੈਸੇ ਮੈਨੂੰ ਪਤਾ ਪੂਰੇ ਭੇਜੇ ਸੀ ਪਰ ਇਹ ਡਾਕਖਾਨੇ ਵਾਲੇ ਜਿਹੜੇ ਨੇ ਇਹ ਕੱਟ ਗਏ ਨੇ ਵਿੱਚੋਂ ਤੇ ਇਸੇ ਤਰ੍ਹਾਂ ਕਿਸਾਨ ਦੀ ਆਮਦਨ ਨੂੰ ਮਿਡਲਮੈਨ ਨੇ ਖੋਰਾ ਲਾਇਆ ਚਾਹੇ ਉਹ ਸਰਕਾਰਾਂ ਹੋਣ ਤੇ ਚਾਹੇ ਕੋਈ ਹੋਰ ਹੋਵੇ ਇਸ ਤੇ ਸਾਰਿਆਂ ਦੀ ਅੱਖ ਹੁੰਦੀ ਹੈ ਜੀ ਕਿਸਾਨ ਤੇ ਇਹ ਵੀ ਊਜ ਲੱਗਦੀ ਰਹੀ ਕਿ ਪੰਜਾਬ ਦੇ ਕਿਸਾਨ ਤੇ ਹੁਣ ਵੱਡੀਆਂ ਵੱਡੀਆਂ ਕੋਠੀਆਂ ਵੱਡੀਆਂ ਗੱਡੀਆਂ ਤੇ ਵੱਡੇ ਵੱਡੇ ਏਸ਼ੀਆ ਵਾਲੇ ਦਫ਼ਤਰਾਂ ਦੇ ਵਿੱਚ ਬੈਠਦੇ ਨੇ ਤੇ ਮਹਿੰਗੇ-ਵਿੰਗੇ ਵਿਆਹ ਕਰਦੇ ਨੇ ਜੀ ਜੇ ਗੁਜਰਾਤ ਦੇ ਵਪਾਰੀਆਂ ਨੂੰ ਇਹ ਹੱਕ ਹੈ ਕਿ ਉਹ ਇਸ ਤਰ੍ਹਾਂ ਆਪਣੇ ਵਿਆਹਾਂ ਤੇ ਵੱਡੇ ਖਰਚ ਕਰਨ ਤੇ ਵੱਡੇ ਮਕਾਨਾਂ ਦੇ ਵਿੱਚ ਰਹਿਣ ਤੇ ਵੱਡਾ ਲਾਈਫਸਟਾਈਲ ਅਪਣਾਉਣ ਤੇ ਕਿਸਾਨ ਜਿਸ ਨੇ ਮਿੱਟੀ ਨਾਲ ਮਿੱਟੀ ਹੋਣਾ ਹੁੰਦਾ ਹੈ ਔਰ ਇੱਕ ਐਂਟਰਪ੍ਰੈਨਿਅਰ ਵੀ ਪੰਜਾਬ ਦੇ ਕਿਸਾਨਾਂ ਨੇ ਬਣ ਕੇ ਵਿਖਾਇਆ ਕਿਵੇਂ ਰੇਤਲੀਆਂ ਤੇ ਜ਼ਮੀਨਾਂ ਨੂੰ ਤਿੱਬਿਆਂ ਨੂੰ ਵਾਹ ਕੇ ਕਰਾ ਕੇ ਪਦਰਿਆਂ ਕਰਕੇ ਉਪਜਾਉ ਕੀਤਾ ਇੱਕ ਕਿਸਾਨ ਦੀ ਹੀ ਮਿਹਨਤ ਸੀ ਤੇ ਉਸ ਦਾ ਹੀ ਜਿਹਰਾ ਸੀ ਇਸ ਜਿਹਰੇ ਦਾ ਇਮਤਿਹਾਨ ਇਸ ਵੇਲੇ ਲਿਆ ਜਾ ਰਿਹਾ ਸੋਲੀਨ ਜੀ 6 ਮਹੀਨੇ ਤੇ ਦਿੱਲੀ ਦੀਆਂ ਸਰਹੱਦਾਂ ਤੇ ਹੋ ਗਏ ਨੇ ਹੁਣ ਉਹ ਸਰਹੱਦਾਂ ਦੇ 6 ਮਹੀਨੇ ਤੇ ਉਦੋਂ ਪਹਿਲੇ ਜਿਹੜੇ ਪੰਜਾਬ ਵਿੱਚ ਜਿਹੜਾ ਅੰਦੋਲਨ ਚੱਲ ਰਿਹਾ ਸੀ ਟੋਲ ਪਲਾਜ਼ਿਆਂ ਤੇ ਤੇ ਹੋਰ ਥਾਵਾਂ ਤੇ ਉਹਨਾਂ ਨੂੰ ਵੀ ਵਿੱਚ ਗਿਣ ਲਓ ਤੇ ਸਾਲ ਹੋ ਗਿਆ ਜੀ ਹੁਣ ਇੰਨਾ ਲੰਬਾ ਸਮਾਂ ਇੰਤਜ਼ਾਰ ਇੱਕ ਕਿਸਾਨ ਦਾ ਜਿਗਰਾ ਹੈ ਕਿ ਕਿਸਾਨ ਅੱਜ ਵੀ ਬੈਠਾ ਹੈ ਤੇ ਪੂਰਾ ਯੋਰ ਮਾਰ ਰਿਹਾ ਜਦੋਂ ਕੋਰੋਨਾ ਨਾਲ ਝੰਬਿਆ ਗਿਆ ਸਾਰਾ ਮੁਲਕ ਤੇ ਕਿਸਾਨ ਨੇ ਪਰਵਾਹ ਨਾ ਕੀਤੀ ਅੱਜ ਵੀ ਲੱਗਦਾ ਹੈ ਕਿ ਕਈ ਵਾਰੇ ਪੇ ਕਿਸਾਨ ਇਸ ਗੱਲ ਦਾ ਸੰਤਾਪ ਹਟਾ ਰਹੇ ਨੇ ਫਸਲਾਂ ਸਾਰੀਆਂ ਵੱਡੀਆਂ ਗਈਆਂ ਨੇ ਹਾੜੀ ਸੋਣੀ ਸਾਰੀ ਘੁੰਮ ਕੇ ਦੁਬਾਰਾ ਆ ਗਈ ਹੈ ਤੇ ਫਿਰ ਹੁਣ ਕਿਸਾਨ ਉੱਥੇ ਦਾ ਉੱਥੇ ਹੀ ਹੈ ਤੇ ਕਿਸਾਨ ਦੀ ਗੱਲ ਨਹੀਂ ਸੁਣੀ ਜਾ ਰਹੀ ਕੱਲ ਦਾ ਦਿਨ ਜਿਹੜਾ ਸੀ ਉਹ ਕਿਸਾਨਾਂ ਨੇ ਰੋਸ ਦਿਵਸ ਉਹ ਜੋ ਮਨਾਇਆ ਉਸ ਦੀ ਡਿਟੇਲ ਖਬਰਾਂ ਵਿੱਚ ਸਾਡੇ ਦਰਸ਼ਕਾਂ ਨੇ ਦੇਖ ਲਈਆਂ ਅਸੀਂ ਬਹੁਤ ਹੀ ਜ਼ਿਆਦਾ ਸਾਂਝੀ ਨਾ ਕਰੀਏ ਪਰ ਕੋਈ ਕਸਬਾ ਕੋਈ ਛੋਟਾ ਸ਼ਹਿਰ ਕੋਈ ਵੱਡਾ ਸ਼ਹਿਰ ਕੋਈ ਟੋਲ ਪਲਾਜ਼ਾ ਕਿਸਾਨਾਂ ਨੇ ਛੱਡਿਆ ਨਹੀਂ ਜਿੱਥੇ ਇਹ ਕੱਲ ਮੁਜਾਰੇ ਨਾ ਹੋਏ ਹੋਣ ਤੇ ਪੰਜਾਬ ਤੋਂ ਬਾਹਰ ਵੀ ਹੋਏ ਤੇ ਮੁਲਕ ਭਰ ਦੇ ਵਿੱਚ ਇਹਨਾਂ ਨੂੰ ਚੰਗਾ ਹੁਗਾਰਾ ਜਿਹੜਾ ਸੀ ਯੂਪੀ ਤੇ ਹਰਿਆਣਾ ਦੇ ਵਿੱਚ ਵੀ ਮਿਲਿਆ ਸਾਰੇ ਅਖਬਾਰਾਂ ਨੇ ਪ੍ਰਮੁਖਤਾ ਨਾਲ ਥਾਂ ਦਿੱਤੀ ਹੈ ਘੱਟੋ ਘੱਟ ਪੰਜਾਬ ਦੀਆਂ ਅਖਬਾਰਾਂ ਨੇ ਥਾਂ ਦਿੱਤੀ ਹੈ ਜੀ ਤੇ ਇੱਕ ਖਾਸ ਵਰਗ ਮੀਡੀਆ ਦਾ ਜਿਸ ਦੇ ਬਾਰੇ ਨਾਮ ਨਹੀਂ ਲੈਣਾ ਉਹ ਅਕਸਰ ਖੁਣ ਨਾਮ ਲਿਆ ਜਾਂਦਾ ਹੈ ਉਹਨਾਂ ਨੇ ਫੇਰ ਕੋਈ ਕਵਰੇਜ ਨਹੀਂ ਦਿੱਤੀ ਬਹੁਤ ਘੱਟ ਕਵਰੇਜ ਦਿੰਦੀ ਹੈ ਪਰ ਪੰਜਾਬ ਦਾ ਮੀਡੀਆ ਇੱਕ ਤਾਣ ਕੇ ਖਲੋਇਆ ਇਸ ਗੱਲ ਦਾ ਮਾਣ ਹੈ ਪੰਜਾਬ ਦੀਆਂ ਅਖਬਾਰਾਂ ਵੀ ਪੰਜਾਬ ਦਾ ਜਿਹੜਾ ਦਿਖ ਵਾਲਾ ਮੀਡੀਆ ਤੇ ਆਵਾਜ਼ ਵਾਲਾ ਮੀਡੀਆ ਸਾਰੇ ਜਿਹੜੇ ਸੀ ਕਿਸਾਨਾਂ ਦੇ ਹੱਕ ਦੇ ਵਿੱਚ ਭੁਗਤੇ ਨੇ ਤੇ ਹੁਣ ਜਿਹੜੀ ਗੱਲ ਵਿੱਚੋਂ ਸਮਝ ਨਹੀਂ ਆ ਰਹੀ ਉਹ ਇਹ ਹੈ ਕਿ ਜਿਹੜੇ ਆਗੂ ਨੇ ਉਹ ਕਿਵੇਂ ਨਵਜੋਤ ਸਿੱਧੂ ਤੇ ਉਹਨਾਂ ਦੀ ਪਤਨੀ ਨੇ ਇੱਕ ਦਿਨ ਪਹਿਲਾਂ ਜਿਹੜਾ ਸੀ ਉਹ ਝੰਡਾ ਛੱਤ ਦੇ ਉੱਪਰ ਲਹਿਰਾ ਦਿੱਤਾ ਜੀ ਤੇ ਹਰਸਿਮਰਤ ਬਾਦਲ ਦਿੱਲੀ ਦੇ ਵਿੱਚ ਝੰਡਾ ਲਹਿਰਾ ਰਹੇ ਨੇ ਜ਼ਾਹਿਰ ਹੈ ਕਿ ਉਹ ਮੈਂਬਰ ਪਾਰਲੀਮੈਂਟ ਵਾਲੀ ਉਹਨਾਂ ਦੀ ਕੋਠੀ ਹੋਏਗੀ ਜੀ ਤੇ ਤੁਸੀਂ ਇਸਤੀਫਾ ਦੇ ਦਿੱਤਾ ਸਵਾਤਾ ਤਾਂ ਅਸੀਂ ਬੀਬੀ ਜੀ ਤੁਸੀਂ ਪਾਰਲੀਮੈਂਟ ਦੇ ਬਾਹਰ ਪਹੁੰਚਦੇ ਕਿਤੇ ਤੇ ਤੁਹਾਡੇ ਉਹ ਜਿਹੜੇ ਸੀ ਝੰਡਾ ਲਹਿਰਾਉਣ ਦੀ ਗੱਲ ਨੂੰ ਸਾਰੇ ਦੇਖਦੇ ਇਹ ਉਹ ਲੋਕ ਜਿਨ੍ਹਾਂ ਨੇ ਮੋਹਰਾਂ ਲਾਈਆਂ ਹੋਈਆਂ ਹਨ ਉਹਨਾਂ ਉਹਨਾਂ ਬਿੱਲਾਂ ਦੇ ਉੱਪਰ ਤੇ ਸਾਈਨ ਕੀਤੀ ਹੋਈ ਤਾਂ ਉਹਦੇ ਹੱਕ ਦੇ ਵਿੱਚ ਪਾਰਲੀਮੈਂਟ ਦੇ ਸਦਨ ਦੇ ਅੰਦਰ ਵੋਟਾਂ ਪਾਈਆਂ ਹੋਈਆਂ ਨੇ ਉਹ ਵੀ ਹੱਕ ਵਿੱਚ ਖੜਾਉਣ ਲੱਗਿਆ ਨੇ ਸਾਰਿਆਂ ਨੇ ਇਸ ਨੂੰ ਫੋਟੋ ਓਪਰਚ्युनिटी ਦੇ ਵਜੋਂ ਵਰਤਿਆ ਬਹੁਤਿਆਂ ਨੇ ਮੈਂ ਸਾਰਿਆਂ ਨੂੰ ਸ਼ਾਇਦ ਵਾਪਸ ਲੈ ਲਵਾਂ ਬਹੁਤਿਆਂ ਨੇ ਬਹੁਤੇ ਆਗੂਆਂ ਨੇ ਕਿਸਾਨਾਂ ਨੇ ਨਹੀਂ ਕਿਸਾਨ ਕਿਸਾਨ ਹੀ ਹੈ ਕਿਸਾਨ ਕੱਲ ਵੀ ਕਿਸਾਨ ਸੀ ਤੇ ਕਿਸਾਨ ਅੱਜ ਵੀ ਕਿਸਾਨ ਹੈ ਸਿਆਸਤਦਾਨਾਂ ਵਾਲੀ ਗੱਲ ਸਿਆਸਤਦਾਨਾਂ ਨੇ ਇਸ ਨੂੰ ਫੋਟੋ ਓਪਰਚ्युनिटी ਦੇ ਵਜੋਂ ਫੋਟੋ ਸ਼ੂਟ ਆਊਟ ਦੇ ਵਜੋਂ ਵਰਤ ਕੇ ਅਖਬਾਰਾਂ ਦੇ ਵਿੱਚ ਫੋਟੋਆਂ ਵੀ ਉਹਨਾਂ ਦੇ ਲੱਗੀਆਂ ਹੋਈਆਂ ਨੇ ਜਿੱਥੇ ਕਿਸਾਨਾਂ ਦਾ ਇਕੱਠ ਨੇ ਕਿਸਾਨ ਪੁੰਜੇ ਬਿਠੇ ਹੋਏ ਨੇ ਜ਼ਮੀਨ ਦੇ ਉੱਪਰ ਅਤਿ ਦੀ ਕਰਮੀ ਹੈ ਜਿਹੜੇ ਬਾਹਰ ਵਿਦੇਸ਼ਾਂ ਵਿੱਚ ਬੈਠੇ ਹੋਏ ਸਾਡੇ ਦਰਸ਼ਕ ਨੇ ਉਹਨਾਂ ਨੂੰ ਇਹ ਸਾਡਾ ਦੱਸਣਾ ਬਣਦਾ ਹੈ ਕਿ 40 ਡਿਗਰੀ ਤੋਂ ਪਾਰ ਪਾਰ ਐਸ ਵੇਲੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਦੁਪਹਿਰ ਦੇ ਵੇਲੇ ਉਧਰ ਫਸਲਾਂ ਪਾਣੀ ਮੰਗ ਰਹੀਆਂ ਨੇ ਝੋਨੇ ਦੀ ਤਿਆਰੀ ਹੈ ਤੇ ਕਿਸਾਨ ਬਜ਼ੁਰਗ ਜਿਹੜੇ ਨੇ ਕੋਰੋਨਾ ਦੀ ਮਾਰ ਦੇ ਵਿੱਚ ਜਦੋਂ ਸਾਰਾ ਦੇਸ਼ ਮੂਲਕੋ ਕੇ ਅੰਦਰ ਬੈਠਾ ਹੋਇਆ ਹੈ ਮੂੰ ਬਣ ਕੇ ਫਿਰ ਰਿਹਾ ਹੈ ਲੌਕਡਾਊਨ ਲੱਗੇ ਹੋਏ ਨੇ ਤੇ ਕਿਸਾਨ ਸੜਕਾਂ ਦੇ ਉੱਪਰ ਫੇਰ ਬੈਠਾ ਟੈਂਟ ਲਾਏ ਲੰਗਰ ਲਾਏ ਪਾਣੀ ਵਰਤਾਏ ਆਪਣੀਆਂ ਗੱਲਾਂ ਕੀਤੀਆਂ ਤਕਰੀਰਾਂ ਕੀਤੀਆਂ ਨਾਹਰੇ ਲਾਏ ਪੁਤਲੇ ਫੁਕੇ ਜੀ ਕਿਸਾਨ ਕਿਉਂ ਕਿਸਾਨ ਪਾਗਲ ਹੈ ਜਿਹੜਾ ਇੰਨਾ ਕੁਝ ਕਰਦਾ ਫਿਰਦਾ ਪਰ ਕਰਨੇ ਮਜਬੂਰ ਕੀਤਾ ਜਾ ਰਿਹਾ ਹੈ ਦਿੱਲੀ ਤੱਕ ਇੱਕ ਵਾਰੀ ਫੇਰ ਗੂੰਜ ਪਹੁੰਚੀ ਹੈ ਆਵਾਜ਼ ਪਹੁੰਚੀ ਹੈ ਥੋੜਾ ਬਹੁਤਾ ਕੋ ਪੰਜਾਬ ਦੇ ਭਾਜਪੀ ਦੇ ਆਗੂ ਫੇਰ ਬੋਲੇ ਨੇ ਜੀ ਇੱਕ ਤੇ ਆਗੂ ਜਿਹੜੇ ਨੇ ਉਹਨਾਂ ਕੋਲ ਕਾਫੀ ਸਾਡੇ মিডিਆ ਵਾਲੇ ਭਾਈ ਪਹੁੰਚ ਜਾਂਦੇ ਨੇ ਤੇ ਫਿਰ ਜੋ ਮੂੰਹ ਆਉਂਦਾ ਬੋਲਦੇ ਨੇ ਦੇ ਉਹ ਆਪਣੀਆਂ ਗੱਲਾਂ ਕਰਦੇ ਜਾਂਦੇ ਨੇ surjit kumar jiani ਨੇ ਥੋੜੀ ਜਿਹੀ ਫੇਰ ਇੱਕ ਵੱਖਰੀ ਜੀ ਗੱਲ ਕੀਤੀ ਹੈ ਹਾਲਾਂਕਿ ਉਹ ਇਹ ਗੱਲ ਪਹਿਲਾਂ ਕਰੋੜ ਕਰੋੜ ਕੇ ਕਰਦੇ ਰਹੇ ਨੇ ਕਿ ਦੇਖੋ ਕਿਸਾਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ ਤੇ ਫੇਰ ਸ਼ਾਇਦ ਉੱਪਰੋਂ ਕੋਈ ਦਬਕਾ ਪਿਆ ਤੇ ਫੇਰ ਕਹਿੰਦੇ ਦੇਖੋ ਜੀ ਇਹ ਕਿਸਾਨ ਨੇ ਜਿਹੜੇ ਬੈਠੇ ਹੋਏ ਇਹ ਤਾਂ ਇੱਕ ਫਿਰਕਾ ਹੈ ਇਹ ਸਾਡੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਹੈ ਇਹ ਤਾਂ ਪੰਜਾਬ ਦੇ ਲੋਕ ਨੇ ਚ ਹਰਿਆਣੇ ਦਾ ਕੋਈ ਨਹੀਂ ਜੁਪੀ ਦਾ ਕੋਈ ਨਹੀਂ ਹੁਣ ਯੂਪੀ ਵਿੱਚ ਇਲੈਕਸ਼ਨਾਂ ਹਾਰੀਆਂ ਨੇ ਪੰਚਾਇਤ ਦੀਆਂ ਤਾਂ ਕੋ ਵੱਖਰਾ ਰੰਗ ਵੀ ਨਜ਼ਰ ਆ ਰਿਹਾ ਬਿਲਕੁਲ ਕੁਝ ਅਫਵਾਹਾਂ ਉੱਡ ਰਹੀਆਂ ਨੇ ਕਿ ਸ਼ਾਇਦ ਕਿਸਾਨਾਂ ਨਾਲ ਅੰਦਰ ਖਾਤੇ ਕੋਈ ਗੱਲਬਾਤ ਚੱਲ ਰਹੀ ਹੋਵੇ ਕਿਸਾਨਾਂ ਨੇ ਜਿਹੜੀ ਸੰਯੁਕਤ ਕਿਸਾਨ ਮੋਰਚੇ ਨੇ ਕੁਝ ਦਿਨ ਪਹਿਲਾਂ ਚਿੱਠੀ ਲਿਖੀ ਆ ਇਹ ਵੀ ਕੰਸੋਆਂ ਪੈ ਰਹੀਆਂ ਨੇ ਕਿ ਸ਼ਾਇਦ ਸਰਕਾਰ ਹੀ ਚਾਹੁੰਦੀ ਹੋਵੇ ਕਿ ਹੁਣ ਉਹਨਾਂ ਵੱਲੋਂ ਕੋਈ ਚਿੱਠੀ ਲਿਖੀ ਜਾਵੇ ਤੇ ਅਸੀਂ ਇਸ ਤੇ ਕੋਈ ਵਿਚਾਰ ਵਟਾਂਦਰਾ ਕਰੀਏ ਜੀ surjit kumar jiani ਦੀ ਗੱਲ ਨੂੰ ਮੈਂ ਮੁਕੰਮਲ ਕਰਾਂ ਕਹਿੰਦੇ ਨੇ ਕਿ surjit kumar jiani ਨੇ ਇਹ ਗੱਲ ਆਖੀ ਹੈ ਕਿ ਇਹ ਜਿਹੜੇ ਕਾਨੂੰਨ ਨੇ ਇਸ ਮਜਬੂਰੀ ਹੈ ਸਰਕਾਰ ਦੀ ਸਰਕਾਰ ਵਾਪਸ ਨਹੀਂ ਇਹਨਾਂ ਨੂੰ ਲੈ ਸਕਦੀ ਇਹ ਜਦੋਂ ਇੱਕ ਕੋਈ ਕਾਨੂੰਨ ਬਣ ਜਾਂਦਾ ਉਸ ਵਿੱਚ ਸਿਰਫ ਸੋਧ ਕੀਤੀ ਜਾਂਦੀ ਹੈ ਇਹ ਕੋਈ ਵਿਸ਼ੇਸ਼ ਸਦਨ ਬੁਲਾ ਕੇ ਇਹਨਾਂ ਨੂੰ ਸਰਕਾਰ ਚਾਵੇ ਵੀ ਤੇ ਵਾਪਸ ਨਹੀਂ ਕਰ ਸਕਦੀ ਹੁਣ ਜਿਹੜੀਆਂ ਮੰਗਾਂ ਨੇ ਜਿਵੇਂ ਰਾਜੇਵਾਲ ਸਾਹਿਬ ਆਪਣੀ ਤਕਰੀਰ ਕਰਦੇ ਨੇ ਜਿੰਨੀ ਡਿਟੇਲ ਨਾਲ ਜਿੰਨੀ ਖੋਜ ਨਾਲ ਗੱਲ ਕਰਦੇ ਨੇ ਤੇ ਉਹਨਾਂ ਦੀ ਗੱਲ ਸੁਣ ਕੇ ਮੰਨ ਕੇ ਜਿਸ ਦੇ ਵਿੱਚ ਕੋਈ ਵੱਡੀ ਸੋਧ ਹੋ ਜਾਵੇ ਜਿਸ ਨਾਲ ਕਿਸਾਨਾਂ ਦੇ ਹੱਕਾਂ ਦੀ ਰਾਖੀ ਹੋ ਸਕੇ ਉਹ ਜਿਹੜੀ ਆ ਬਹੁਤ ਫਿੱਤਰ ਗੱਲ ਹੋਵੇਗੀ ਇਹ ਰੋ ਜਿਹੜਾ ਹੈ ਕਿਸਾਨਾਂ ਦਾ ਜੋ ਅੰਦੋਲਨ ਇੱਕ ਫਿੱਕਾ ਪੈਂਦਾ ਜਾਪ ਰਿਹਾ ਸੀ ਉਹ ਹੁਣ ਕਣਕ ਦੀ ਬੇਕਦਰੀ ਤੋਂ ਬਾਅਦ ਇਹ ਹੋਰ ਤਿੱਖਾ ਹੋਵੇਗਾ ਝੋਨੇ ਦੀ ਲੋਈ ਜੋਰਾਂ ਤੇ ਥੋੜੇ ਦਿਨਾਂ ਚ ਹੋ ਜਾਵੇਗੀ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਜੀ ਕੁਲਦੀਪ ਜੀ ਜਦੋਂ 26 ਨਵੰਬਰ ਨੂੰ ਆਪਣੀਆਂ ਜੁੱਲੀਆਂ ਮੋਢੇ ਤੇ ਚੁੱਕ ਕੇ ਕਿਸਾਨਾਂ ਨੇ ਘਰ ਛੱਡੇ ਸੀ ਉਸ ਤੋਂ ਬਾਅਦ ਤੱਤੇ ਦਿਨ ਵੀ ਵੇਖੇ ਠੰਡੇ ਵੀ ਵੇਖੇ ਤੇ ਨਿੱਗੇ ਵੀ ਵੇਖੇ ਉਹਨਾਂ ਨੇ ਇਹ ਕਿਹਾ ਸੀ ਕਿ 6 ਮਹੀਨੇ ਦੀ ਤਿਆਰੀ ਮੁਕੰਮਲ ਕਰਕੇ ਚੱਲੇ ਆ ਤੇ ਉਹ ਕੱਲ 6 ਮਹੀਨੇ ਪੂਰੇ ਹੋ ਗਏ ਨੇ ਅੱਜ 7ਵੇਂ ਮਹੀਨੇ ਚ ਅੰਦੋਲਨ ਆ ਤੇ ਹੁਣ ਨਵੀਆਂ ਰਣਨੀਤੀਆਂ ਇਹਨਾਂ ਨੇ ਕੀ ਘੜੀਆਂ ਨੇ ਨਵੀਆਂ ਰਣਨੀਤੀਆਂ ਜਿਹੜੀਆਂ ਜਥੇਬੰਦੀਆਂ ਐ ਮੋਰ ਆਰਗੇਨਾਈਜ਼ ਹੋ ਰਹੀਆਂ ਖਾਸ ਕਰਕੇ ਉਗਰਾਹ ਜਥੇਬੰਦੀ ਜਿਹੜੀ ਐ ਉਹਨਾਂ ਨੇ ਆਪਣੀ ਰਣਨੀਤੀ ਇੱਕ ਬਕਾਇਦਾ ਹੋ ਲਿਖਦੇ ਨੇ ਤੇ ਉਸ ਹਿਸਾਬ ਦੇ ਨਾਲ ਹੀ ਫਿਰ ਚੱਲਦੇ ਨੇ ਹੁਣ ਕੁਝ ਆਗੂਆਂ ਨੂੰ ਅੱਗੇ ਲੈ ਕੇ ਉਹਨਾਂ ਦੀ ਗੱਲ ਮੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਭੀੜ ਤੰਤਰ ਤੋਂ ਛੜਕਾਰਾ ਜਿਹੜਾ ਮਿਲ ਚੁੱਕਾ ਹੈ ਹੁਣ ਜੋ ਵੀ ਹੋਵੇਗਾ ਆਰਗੇਨਾਈਜ਼ ਤਰੀਕੇ ਨਾਲ ਹੋਵੇਗਾ ਤੇ ਰੋਸ ਪ੍ਰਦਰਸ਼ਨ ਜਿਹੜੇ ਨੇ ਇਹ ਜ਼ੋਰਦਾਰ ਤਰੀਕੇ ਨਾਲ ਹੋਣਗੇ ਤੇ ਇੱਕ ਦਿੱਲੀ ਦੀ ਬਰੂਹ ਤੇ ਨਹੀਂ ਇਹ ਵੀ ਗੱਲ ਤੁਸੀਂ ਸੁਭਲਿੰਜੀ ਦੇਖੋ ਕਿਸੇ ਟਾਈਮ ਜਦੋਂ ਨਵੰਬਰ ਦਸੰਬਰ ਦੀ ਗੱਲ ਕਰੀਏ ਜਦੋਂ 6 ਮਹੀਨੇ ਪਹਿਲਾਂ ਜਦੋਂ ਦਿੱਲੀ ਵਾਲਾ ਮੋਰਚਾ ਲੱਗਾ ਸੀ ਤੇ ਸਾਰਾ ਅੰਦੋਲਨ ਜਿਹੜਾ ਸੀ ਪੰਜਾਬ ਦੇ ਵਿੱਚੋਂ ਖਤਮ ਹੋ ਕੇ ਜਾਂ ਹਰਿਆਣੇ ਦੇ ਅੰਦਰੋਂ ਖਤਮ ਨਹੀਂ ਹੋ ਕੇ ਜਾਂ ਥੋੜੀ ਬਹੁਤੀ ਹਾਜ਼ਰੀ ਰਹਿ ਗਈ ਸੀ ਟੋਲ ਪਲਾਜ਼ਾ ਵਗੈਰਾ ਤੇ ਸਾਰਾ ਦਿੱਲੀ ਜਾ ਬੈਠੇ ਸਨ ਸਾਰੇ ਲੋਕ ਤੇ ਹੁਣ ਉਹ ਖਿਲਰ ਪਸਰ ਵੀ ਗਿਆ ਜੇ ਦਿੱਲੀ ਹਾਜ਼ਰੀ ਘਟਿਆ ਤਾਂ ਹੋਰ ਥਾਂਵਾਂ ਤੇ ਵਧੀ ਵੀ ਆ ਸੋ ਇਹ ਇਸ ਗੱਲ ਦੀ ਰਣਨੀਤੀ ਹੁਣ ਜਿਹੜੀ ਆਉਣ ਵਾਲੇ ਦਿਨਾਂ 'ਚ ਤਿਆਰ ਹੋਵੇਗੀ ਕਿਸਾਨ ਵੀ ਅੱਗੇ ਨਾਲੋਂ ਸਿਆਣੇ ਹੋ ਗਏ ਨੇ ਔਰ ਗਲਤ ਅੰਸ਼ਰਾਂ ਨੂੰ ਵੀ ਪਛਾਣ ਰਹੇ ਨੇ ਤੇ ਕੁਝ ਸਿਆਣੀ ਅਪਰੋਚ ਦੇ ਨਾਲ ਸਰਕਾਰ ਨਾਲ ਗੱਲਬਾਤ ਹੋਵੇਗੀ ਇਸ ਗੱਲ ਦੇ ਵਿੱਚ ਮੈਨੂੰ ਹੁਣ ਕੋਈ ਡਾਊਟ ਨਹੀਂ ਰਹਿ ਗਿਆ ਸਰਕਾਰ ਨਾਲ ਵਧੀਆ ਰਣਨੀਤੀ ਦੇ ਮੁਤਾਬਕ ਹੀ ਕਿਸਾਨ ਚੱਲਣਗੇ ਇਹ ਇਹ ਮੈਨੂੰ ਯਕੀਨਦਾ ਜੀ ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ ਕੁਲਦੀਪ ਜੀ ਕਿਸਾਨ ਅੰਦੋਲਨ ਬਾਰੇ ਪਰ ਇਸ ਵੇਲੇ ਨਿੱਕੀ ਜਿਹੀ ਬ੍ਰੇਕ ਦਾ ਵੇਲਾ ਹੋ ਗਿਆ ਹੈ ਜਲਦ ਹਾਜ਼ਰ ਹੁੰਨੇ ਆ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਕੁਲਦੀਪ ਜੀ ਜੇ ਗੱਲ ਕਰੀਏ 26 ਜਨਵਰੀ ਦੀ ਲਾਲ ਕਿਲੇ ਹਿੰਸਾ ਦੀ ਤੇ ਦਿੱਲੀ ਪੁਲਿਸ ਨੇ ਹੁਣ ਕਿਹੜੀ ਨਵੀਂ ਕਾਰਵਾਈ ਕੀਤੀ ਹੈ ਸ਼ਾਹੀਨ ਬਾਗ ਦੇ ਵਿੱਚ ਇੱਕ ਮੋਰਚਾ ਲੱਗਾ ਹੋਇਆ ਸੀ ਉਸ ਵੇਲੇ ਤੋਂ ਲੈ ਕੇ ਦਿੱਲੀ ਪੁਲਿਸ ਦੀ ਕਈ ਕੇਸਾਂ ਦੇ ਵਿੱਚ ਭੂਮਿਕਾ ਜੜੀ ਹੋ ਸ਼ੱਕੀ ਰਹੀ ਹੈ ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਦਿੱਲੀ ਪੁਲਿਸ ਨੇ ਗਲਤੀ ਕੀਤਾ ਹੈ ਹਰ ਜਗ੍ਹਾ ਪਰ ਇਸ ਮਾਮਲੇ ਦੇ ਵਿੱਚ 26 ਜਨਵਰੀ ਨੂੰ ਜੋ ਕੁਝ ਹੋਇਆ ਕਿਸੇ ਤੋਂ ਛੁਪਿਆ ਨਹੀਂ ਹੈ ਜੀ ਜਿਹੜੇ ਕਿਸਾਨ ਉੱਥੇ ਟਰੈਕਟਰ ਪਰੇਡ ਦੇ ਨਾਲ ਗਏ ਇੱਕ ਟਰੈਕਟਰ ਲੈ ਕੇ ਗਏ ਆਪਣੀਆਂ ਗੱਡੀਆਂ ਵਿੱਚ ਗਏ ਉਹਨਾਂ ਸਾਰਿਆਂ ਨੇ ਜਿਹੜੀਆਂ ਗੱਲਾਂ ਕੀਤੀਆਂ ਉਹ ਵੀ ਸੁਣਨੀਆਂ ਬਣਦੀਆਂ ਨੇ ਕਿਤੇ ਨਾ ਕਿਤੇ ਜਿਨ੍ਹਾਂ ਰਸਤਿਆਂ ਤੇ ਟਰੈਕਟਰ ਪ੍ਰੇਡ ਕਰਨ ਦਾ ਜਿਹੜਾ ਸੀ ਸਰਕਾਰ ਦੇ ਨਾਲ ਜਿਹੜਾ ਦਿੱਲੀ ਪੁਲਿਸ ਦੇ ਨਾਲ ਇੱਕ ਸਮਝੌਤਾ ਹੋਇਆ ਹੋਇਆ ਸੀ ਕਿਸਾਨ ਜਥੇਬੰਦੀਆਂ ਦਾ ਉਹ ਰਸਤੇ ਬੰਦ ਕਰ ਦਿੱਤੇਗਾ ਤੇ ਦੂਸਰੇ ਪਾਸੇ ਦੇ ਖੋਲ ਦਿੱਤੇਗਾ ਜੀ ਲਾਲ ਕਿਲੇ ਤੇ ਪਹੁੰਚ ਗਏ ਬਹੁਤ ਸਾਰੇ ਲੋਕ ਤੇ ਲਾਲ ਕਿਲੇ ਦੇ ਗੁੰਬਦ ਦੇ ਉੱਪਰ ਤਿਰੰਗੇ ਝੰਡੇ ਦੇ ਨਾਲ ਕੇਸਰੀ ਨਿਸ਼ਾਨ ਤੇ ਕਿਸਾਨ ਜਥੇਬੰਦੀਆਂ ਦੇ ਝੰਡੇ ਜਲੇ ਸੀ ਉਹ ਲਾ ਦਿੱਤੇ ਜੀ ਇਸ ਬਾਰੇ ਜਿਹੜੀ ਹੈ ਰਿਪੋਰਟ ਜਿਹੜੀ ਹੈ ਦਿੱਲੀ ਪੁਲਿਸ ਨੇ ਜਾਰੀ ਕੀਤੀ ਹੈ ਚਾਰਜ ਸ਼ੀਟ ਦਾਖਲ ਕੀਤੀ ਹੈ ਅਦਾਲਤ ਦੇ ਵਿੱਚ ਇਹ ਦਾਖਲ ਕੀਤੀ ਨੂੰ ਕਈ ਦਿਨ ਹੋ ਗਏ ਨੇ ਪਰ ਇਸ ਤੇ ਇਹ ਜਿਹੜੀ ਹੈ ਅੱਜ ਸਾਹਮਣੇ ਆਈ ਹੈ ਇਹੋ ਕਿ ਇਹ ਰਿਪੋਰਟ ਕੀ ਹੈ ਤੇ ਕਿਵੇਂ ਹੈ ਇਸ ਦੇ ਵਿੱਚ ਜੀ ਹੁਣ ਇਸ ਤੇ ਸੁਣਵਾਈ ਕੱਲ ਤੋਂ ਭਾਵ 28 ਮਈ ਤੋਂ ਸ਼ੁਰੂ ਹੋਣੀ ਹੈ ਹੂੰ ਇਹ ਸੁਬਲੀਨ ਜੀ 3000 ਪੰਨਿਆਂ ਦੀ ਰਿਪੋਰਟ ਹੈ ਜੀ ਇੰਨੀ ਵੱਡੀ ਰਿਪੋਰਟ ਹੈ ਜਿਸ ਦੇ ਵਿੱਚ ਪੂਰੀ ਪਲਾਨ ਦਾ ਵੇਰਵਾ ਦਿੱਤਾ ਗਿਆ ਹੂੰ ਇੱਥੋਂ ਤੱਕ ਵੀ ਦੱਸਿਆ ਗਿਆ ਹੈ ਕਿ ਪੰਜਾਬ ਦੇ ਵਿੱਚ ਆਮ ਤੌਰ ਤੇ ਇੰਨੇ ਕੋ ਟਰੈਕਟਰ ਜਿਹਦੇ ਟਰਾਲੀਆਂ ਖਰੀਦੇ ਜਾਂਦੇ ਸੀ ਪਰ ਦਿੱਲੀ ਵਾਸਤੇ ਇੰਨੇ ਨਵੇਂ ਟਰੈਕਟਰ ਤੇ ਟਰਾਲੀਆਂ ਜਿਹੜੇ ਸੀ ਉਹ ਖਰੀਦੇ ਗਏ ਅੱਛਾ ਇਹ ਪਤਾ ਨਹੀਂ ਆਕੜੇ ਕਿੱਥੋਂ ਲੈ ਤੇ ਕਿਵੇਂ ਲੈ ਜੇ ਕੀ ਇਹ ਸਚਨ ਪੰਜਾਬ ਤੇ ਹਰਿਆਣੇ ਬਾਰੇ ਗੱਲ ਆਖੀ ਗਈ ਹੈ ਕਿ ਖਾਮ ਖਾ ਟਰੈਕਟਰ ਜਿਹੜੇ ਸੀ ਖਰੀਦੇ ਗਏ ਟਰਾਲੀਆਂ ਖਰੀਦੀਆਂ ਗਈਆਂ ਤੇ ਇਹਨਾਂ ਨੂੰ ਵੱਡੇ ਪੱਧਰ ਤੇ ਬਾਹਰੋਂ ਤੇ ਹੋਰ ਕੇ ਸਰੋਤਾਂ ਤੋਂ ਫੰਡਿੰਗ ਹੋਈ ਤੇ ਇੱਕ ਆਰਗੇਨਾਈਜ਼ਡ ਤੇ ਇਸ ਨੂੰ ਸਾਜ਼ਿਸ਼ ਦੱਸਿਆ ਗਿਆ ਕਿ ਲਾਲ ਕਿਲੇ ਦੀ ਸਾਜ਼ਿਸ਼ ਜਿਹੜੀ ਸੀ ਉਹ ਮਹੀਨਾ ਪਹਿਲਾਂ ਰਚੀ ਗਈ ਕਿ ਇਸ ਤਰੀਕ ਨੂੰ ਅਸੀਂ ਲਾਲਕੀਰੇ ਤੇ ਜਾਣਾ ਹੈ ਕਿਸਾਨਾਂ ਦਾ ਕਾਠ ਉੱਥੇ ਲੈ ਕੇ ਜਾਣਾ ਹੈ ਉੱਥੇ ਕਬਜ਼ਾ ਕਰਨਾ ਹੈ ਝੰਡਾ ਲਾਉਣਾ ਹੈ ਤੇ ਇਹ ਵੀ ਗੱਲ ਦੱਸੀ ਗਈ ਕਿ ਜਿਹੜੇ ਵਿਅਕਤੀਆਂ ਨੇ ਉੱਤੇ ਜਾ ਕੇ ਝੰਡੇ ਜਾਂ ਝੰਡੀਆਂ ਲਾਈਆਂ ਉਹਨਾਂ ਨੂੰ ਵੱਡੀਆਂ-ਵੱਡੀਆਂ ਰਕਮਾਂ ਦੇਣ ਦੇ ਵਾਅਦੇ ਵੀ ਕੀਤੇ ਗਏ ਦੀਪ ਸਿੱਧੂ ਤੇ ਲੱਖਾ ਸਿਧਾਣਾ ਦੇ ਸਮੇਤ 6 ਵਿਅਕਤੀਆਂ ਨੂੰ ਇਸ ਦੇ ਵਿੱਚ ਮুলਜ਼ਮ ਬਣਾਇਆ ਗਿਆ ਮੁੱਖ ਮুলਜ਼ਮ ਜਿਨ੍ਹਾਂ ਨੂੰ ਮੁੱਖ ਸਾਜ਼ਿਸ਼ ਕਰਤਾ ਦੇ ਤੌਰ ਤੇ ਇਸ ਰਿਪੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੁਣ ਇਸ ਰਿਪੋਰਟ ਦੇ ਹੌਲੀ ਹੌਲੀ ਪਰਤਾਂ ਖੁੱਲਣਗੀਆਂ ਅਦਾਲਤ ਦੇ ਵਿੱਚ ਕਾਰਵਾਈ ਹੋਵੇਗੀ ਇਹ ਵੀ ਦੱਸਿਆ ਗਿਆ ਕਿ ਅਜੇ ਕਈ ਮੁਲਜ਼ਮ ਜੜੇ ਨੇ ਇਸ ਵਿੱਚ ਜਿਨ੍ਹਾਂ ਦਾ ਨਾਮ ਸ਼ਾਮਲ ਕੀਤਾ ਗਿਆ ਉਹਨਾਂ ਵਿੱਚੋਂ ਕਈ ਫਰਾਰ ਨੇ ਤੇ ਉਹਨਾਂ ਨੂੰ ਅਜੇ ਤੱਕ ਪੁਲਿਸ ਗ੍ਰਿਫਤਾਰ ਨਹੀਂ ਕਰ ਸਕੇ ਇਸ ਮੌਕੇ ਤੇ ਦਿੱਲੀ ਦੇ ਵਿੱਚ ਜੋ ਲਾਲ ਕਿਰੇ ਤੇ ਜੋ ਵੀ ਜਿਵੇਂ ਵੀ ਹੋਇਆ ਉਸ ਦੀ ਇੰਨੀ ਵੱਡੀ ਰਿਪੋਰਟ ਦਿੱਲੀ ਪੁਲਿਸ ਨੇ ਤਿਆਰ ਕੀਤੀ ਹੈ ਜਿਸ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵਕੀਲ ਵੀ ਬਹਿਸ ਕਰਨਗੇ ਤੇ ਆਮ ਲੋਕਾਂ ਤੱਕ ਵੀ ਸਾਹਮਣੇ ਆਵੇਗੀ ਤੇ ਸਰਕਾਰ ਇਸ ਮਾਮਲੇ ਦੇ ਵਿੱਚ ਕੀ ਪੱਖ ਰੱਖਦੀ ਹੈ ਉਹ ਵੀ ਜਿਹੜਾ ਇਸ ਦੇ ਵਿੱਚ ਸਾਹਮਣੇ ਆਵੇਗਾ ਪਰ ਇੰਨੀ ਵੱਡੀ ਰਿਪੋਰਟ ਤੇ ਉਸ ਦੇ ਵਿੱਚ ਇਸ ਤਰ੍ਹਾਂ ਦੇ ਸਾਜ਼ਿਸ਼ਕਰਤਾ ਸਾਜ਼ਿਸ਼ ਦਾ ਗੱਲ ਹੋਣਾ ਇਹ ਕਹਿ ਕੇ ਆਖਿਆ ਗਿਆ ਹੈ ਕਿ ਦਿੱਲੀ ਦੇ ਵਿੱਚ ਲਾਲ ਕਿਲੇ ਤੇ ਹਜੂਮ ਵੱਡਾ ਇਕੱਠਾ ਕਰਕੇ ਲੈ ਕੇ ਜਾਣਾ ਸੀ ਟਰੈਕਟਰ ਟਰਾਲੀਆਂ ਵਾਧੂ ਲੈ ਕੇ ਜਾਣੀਆਂ ਸਨ ਤੇ ਫਿਰ ਉਥੇ ਜਿਹੜਾ ਸੀ ਪੱਕਾ ਡੇਰਾ ਤੇ ਧਰਨੇ ਦੀ ਜਗ੍ਹਾ ਨੂੰ ਉਸ ਜਗ੍ਹਾ ਨੂੰ ਮੁਖ ਬਣਾਉਣਾ ਸੀ ਤਾਂ ਕਿ ਭਾਰਤ ਸਰਕਾਰ ਨੂੰ ਤੇ ਦਬਾਅ ਪਾਇਆ ਜਾ ਸਕੇ ਤੇ ਦੁਨੀਆ ਦੇ ਵਿੱਚ ਇਸ ਨੂੰ ਹੋਰ ਤਰੀਕੇ ਨਾਲ ਪੇਸ਼ ਕੀਤਾ ਜਾ ਸਕੇ ਹੁਣ ਗੱਲ ਇਹ ਹੈ ਕਿ ਜੇ ਤੁਹਾਨੂੰ ਪਤਾ ਸੀ ਦਿੱਲੀ ਪੁਲਿਸ ਅੱਜ ਹੀ ਆਖਰੀ ਹੈ ਕਿ ਮਹੀਨਾ ਪਹਿਲਾਂ ਸਾਜ਼ਿਸ਼ ਘੜੀ ਜਾ ਰਹੀ ਸੀ ਤੇ 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲੇ ਨੂੰ ਪ੍ਰੋਟੈਕਟ ਕਿਉਂ ਨਹੀਂ ਕੀਤਾ ਗਿਆ ਤੁਹਾਨੂੰ ਜੇ ਕਿਸੇ ਕਿਸਮ ਦੇ ਜੇ ਅੱਜ ਤੁਸੀਂ ਇੰਨੀ ਵੱਡੀ ਰਿਪੋਰਟ ਤਿਆਰ ਕਰ ਰਹੇ ਹੋ 6 ਮਹੀਨਿਆਂ ਦੇ ਬਾਅਦ 6 ਮਹੀਨੇ ਵੀ ਨਹੀਂ ਹੋਏ ਤੇ ਫੇਰ ਤੁਸੀਂ ਇਹ ਗੱਲ ਕਿਵੇਂ ਕਹਿ ਸਕਦੇ ਹੋ ਕਿ ਤੁਹਾਡੇ ਕੋਲ ਇਸ ਤਰ੍ਹਾਂ ਦੀ ਇੱਕ ਵੀ ਇੰਟੈਲੀਜੈਂਸ ਨਹੀਂ ਸੀ ਜਿਸ ਦੇ ਵਿੱਚ ਇਹ ਸਾਬਤ ਹੁੰਦਾ ਹੋਵੇ ਜਦ ਕਿ ਜਿਹੜੇ ਜੇ ਬਾਹਰਲੇ ਵਿਅਕਤੀਆਂ ਦੀ ਗੱਲ ਕਰਦੇ ਨੇ ਕਿ ਉਹਨਾਂ ਨੇ ਇਨਾਮ ਰੱਖੇ ਹੋਏ ਸੀ ਜਿਹੜਾ ਉੱਥੇ ਝੰਡਾ ਲਾ ਕੇ ਆਵੇ ਉਹ ਤੇ ਸ਼ਰਯਮ ਕਹਿ ਰਹੇ ਸਨ ਜੇ ਉਸ ਗੱਲ ਦਾ ਇਹਨਾਂ ਨੂੰ ਇੰਨਾ ਵੀ ਰੱਤੀ ਪਰ ਵੀ ਡਾਊਟ ਸੀ ਸ਼ੱਕ ਸੀ ਤੇ ਇਹਨਾਂ ਨੇ ਟਰੈਕਟਰ ਪ੍ਰੇਡ ਦੀ ਮੂਲੋਂ ਹੀ ਆਯਾਤ ਦਿੱਲੀ ਦੇ ਵਿੱਚ ਕਿਉਂ ਦਿੱਤੀ ਬਿਲਕੁਲ ਦੇ ਨਾਂ ਵੀ ਦਿੰਦੇ ਤਾਂ ਕਿਸਾਨ ਜਿੱਥੇ ਬੰਦੀਆਂ ਤੇ ਧੱਕੇ ਨਾਲ ਅੰਦਰ ਜਾਣ ਸੀ ਰਹੀਆਂ ਜਦੋਂ ਉਹਨਾਂ ਨੂੰ ਉੱਥੇ ਸਿੰਘੂ ਤੇ ਮੋਰਚੇ ਤੇ ਰੋਕ ਦਿੱਤਾ ਗਿਆ ਬਾਰਡਰ ਤੇ ਤੇ ਉੱਥੇ ਰੁਕ ਗਏ ਨੇ ਹੁਣ ਉੱਥੇ ਰੁਕੇ ਹੋਏ ਨੇ ਉਹਨਾਂ ਨੇ ਕੋ ਪਲਾਨ ਬਣਾਇਆ ਤੇ ਸਰਕਾਰ ਜਿਹੜੀ ਹੈ ਜਾਂ ਪੁਲਿਸ ਹੈ ਉਹਨਾਂ ਨੂੰ ਇੱਕ ਪੱਕਾ ਰਾਹ ਦੇ ਰਹੀ ਹੈ ਇੱਕ ਰੂਟ ਦੇ ਰਹੀ ਹੈ ਮੀਟਿੰਗਾਂ ਹੋ ਰਹੀਆਂ ਨੇ ਸਭ ਕੁਝ ਤੈ ਹੋ ਰਿਹਾ ਤੇ ਹੁਣ ਤੁਸੀਂ ਆਖ ਰਹੇ ਹੋ ਕਿ ਇੱਕ ਸਾਜ਼ਿਸ਼ ਘੜੀ ਜਾ ਰਹੀ ਸੀ ਲਾਲ ਕਿਲੇ ਤੇ ਜਾਣ ਦੀ ਲਾਲ ਕਿਲੇ ਦੇ ਰਸਤੇ ਜਿਹੜੇ ਸੀ ਇੰਨੇ ਖੁੱਲੇ ਕਿਉਂ ਛੱਡੇ ਗਏ ਇਹ ਸਾਰੀਆਂ ਗੱਲਾਂ ਦੀਆਂ ਪਰਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਖੁੱਲਣਗੀਆਂ ਰੈਲੀ ਤੋਂ ਪਹਿਲਾਂ ਪੰਜਾਬ ਦੇ ਵਿੱਚ ਟਰੈਕਟਰ ਟਰਾਲੀਆਂ ਦੇ ਅੰਕੜੇ ਜਿਹੜੇ ਸੀ ਇਹ ਕਿ ਕਿੰਨੇ ਕੁ ਪੁਖਤਾ ਨੇ ਤੇ ਟਰਾਲੀਆਂ ਦੀ ਆਮ ਤੌਰ ਤੇ ਜੇ ਮੈਂ ਗੱਲ ਕਰਾਂ ਟਰੈਕਟਰਾਂ ਦੀ ਅਤੇ ਰਸੀਦਾ ਪੱਖੀਆਂ ਹੁੰਦੀਆਂ ਨੇ ਇਹ ਵੀ ਰਿਪੋਰਟ ਵਿੱਚ ਆਖਿਆ ਗਿਆ ਕਿ ਅਸੀਂ ਟਰੈਕਟਰਾਂ ਦੀ ਖਰੀਦ ਦੇ ਜਿਹੜੇ ਅੰਕੜੇ ਨੇ ਉਹ ਚੰਗੀ ਤਰ੍ਹਾਂ ਇਕੱਠੇ ਸਬੂਤਾਂ ਸਮੇਰ ਕਰ ਲਏ ਨੇ ਪਰ ਟਰਾਲੀਆਂ ਦੀ ਖਰੀਦ ਦੀ ਜਿੱਥੇ ਦਾ ਗੱਲ ਕੀਤੀ ਜਾਵੇ ਜਿੰਨੇ ਕਿਸਾਨ ਨੇ ਜਾਂ ਜਿੰਨੇ ਲੋਕ ਬਾਹਰ ਬੈਠੇ ਹੋਏ ਨੇ ਜਾਂ ਜਿੰਨੇ ਪ੍ਰੋਗਰਾਮ ਦੇਖ ਰਹੇ ਨੇ ਕਿ ਉਹ ਦੱਸ ਸਕਦੇ ਨੇ ਕਿ ਆਮ ਤੌਰ ਤੇ ਟਰਾਲੀਆਂ ਦੀ ਕੋਈ ਰਸੀਦ ਕਿੰਨੀਆਂ ਕੁ ਰਸੀਦਾ ਦਿੱਤੀਆਂ ਜਾਂਦੀਆਂ ਨੇ ਤੇ ਕੀ ਟਰਾਲੀਆਂ ਇਨੀਸ਼ੀਏਟਿਵ ਬਣ ਜਾਂਦੀਆਂ ਨੇ ਨਵੀਆਂ ਹੂੰ ਹੋਰ ਬਹੁਤ ਇਸ ਇਹ ਤੇ ਇੱਕ ਹੈਡਮੇਡ ਚੀਜ਼ ਹੈ ਜਿਸ ਨੂੰ ਆਮ ਕਾਰੀਗਰ ਜਿਹੜੇ ਨੇ ਪਿੰਡਾਂ ਸ਼ਹਿਰਾਂ ਦੇ ਕਸਬਿਆਂ ਵਿੱਚ ਬੈਠੇ ਹੋਏ ਬਣਾਉਂਦੇ ਨੇ ਤੇ ਇਹ ਇਹ ਤੇ ਇੱਕ ਇਹੋ ਜਿਹਾ ਕੰਮ ਹੈ ਇਸ ਦਾ ਸਰਕਾਰ ਨੇ ਰਿਕਾਰਡ ਕਿਵੇਂ ਤੇ ਕਿਸ ਤਰ੍ਹਾਂ ਹਾਸਲ ਕੀਤਾ ਇਹ ਸਾਰੀਆਂ ਗੱਲਾਂ ਜਿਹੜੀਆਂ ਹਨ ਇਹਨਾਂ ਦੇ ਵਿੱਚ ਦਿੱਲੀ ਪ੍ਰੈਸ ਜੋ ਪਹਿਲਾਂ ਸ਼ੱਕ ਦੇ ਘੇਰੇ ਵਿੱਚ ਇੰਨਾ ਲੰਬੇ ਸਮੇਂ ਤੋਂ ਰਹੀ ਹੈ ਪਰ ਕਿਉਂਕਿ ਹੁਣ ਅਦਾਲਤੀ ਕਾਰਵਾਈ ਚੱਲਣੀ ਹੈ ਇਸ ਤੇ ਬਹੁਤਾ ਕਿੰਤੂ ਪਰੰਤੂ ਅਸੀਂ ਨਾ ਕਰੀਏ ਤੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਵਾਈ ਦੇ ਵਿੱਚ ਕਈ ਪਰਤਾਂ ਇਸ ਤੇ ਖੁੱਲਣਗੀਆਂ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਜੀ ਕੁਲਦੀਪ ਜੀ ਇਸ ਵੇਲੇ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਦੇ ਮੂੰਹ ਤੱਕ ਇੱਕ ਹੀ ਲਫ਼ਜ਼ ਆ ਕਰੋਨਾ ਵਾਇਰਸ ਖੌਫ ਦਾ ਮੰਜ਼ਰ ਵੀ ਆ ਅਫਵਾਹਾਂ ਦਾ ਬਾਜ਼ਾਰ ਵੀ ਗਰਮ ਆ ਜੇ ਅਸੀਂ ਭਾਰਤ ਦੀ ਗੱਲ ਕਰੀਏ ਤੇ ਭਾਰਤ ਦੇ ਮੌਜੂਦਾ ਅੰਕੜੇ ਇਸ ਵੇਲੇ ਕੀ ਕਹਿੰਦੇ ਨੇ ਮੌਜੂਦਾ ਅੰਕੜੇ ਸੁਵਲਿੰਗ ਜੀ ਜੇ ਤੱਕ ਕੁੱਲ ਮੌਤਾਂ ਦੀ ਗਿਣਤੀ ਕੀਤੀ ਜਾਵੇ ਇਸ ਗੱਲ ਵਿੱਚ ਤੇ ਕੋਈ ਸ਼ੱਕ ਰਹਿ ਨਹੀਂ ਗਿਆ ਕਿ ਜੋ ਅੰਕੜੇ ਆਮ ਲੋਕਾਂ ਤੱਕ ਸਾਹਮਣੇ ਆਏ ਨੇ ਅੰਕੜੇ ਉਸ ਤੋਂ ਕਿਤੇ ਵਧੇ ਰਹੇ ਨੇ ਉੱਤਰਾਖੰਡ ਦੇ ਵਿੱਚ ਇੱਕ ਹੋਰ ਦਰਿਆ ਦਾ ਵਿੱਚ ਦਰਿਆ ਦੇ ਵਿੱਚ ਜਦੋਂ ਪਾਣੀ ਕੁਝ ਵਗਿਆ ਤੇ ਹੋਰ ਇੱਕ ਪਾਸੇ ਉਹ ਲਾਸ਼ਾਂ ਜੜੇ ਸੀ ਰੇਤੇ ਦੇ ਵਿੱਚੋਂ ਨਗੀਆਂ ਹੋਈਆਂ ਤੇ ਉਸ ਦੀਆਂ ਤਸਵੀਰਾਂ ਹੁਣ ਵਾਇਰਲ ਹੋਈਆਂ ਪਈਆਂ ਨੇ ਪੁਲਾਂ ਦੀਆਂ ਬੜੀਆਂ-ਬੜੀਆਂ ਦੀਆਂ ਤਸਵੀਰਾਂ ਜਿਹੜੀਆਂ ਹਨ ਮਾਨ ਨਾਲ ਦੇਸ਼ ਦੇ ਲੋਕ ਸਾਂਝੀਆਂ ਕਰ ਦਿੰਦੇ ਨੇ ਦੇਖੋ ਸਾਡੇ ਦੇਸ਼ ਵਿੱਚ ਫਲਾਨੀ ਜਗ੍ਹਾ ਤੇ ਇੰਨਾ ਲੰਬਾ ਇੰਨਾ ਉੱਚਾ ਪੁਲਾ ਇੰਨੇ ਸਪੈਨ ਦਾ ਪੁਲਾ ਦੁਨੀਆ ਦਾ ਇੰਵੇਂ ਨੰਬਰ ਤੇ ਆਇਆ ਸੀ ਆ ਬਣਾਇਆ ਸੀ ਇੰਨਾ ਖਰਚਾ ਹੋਇਆ ਸੀ ਤੇ ਉਹ ਪੁਲਾਂ ਦੇ ਨਾਲ ਹੁਣ ਲਾਸ਼ਾਂ ਦੀਆਂ ਭਗਮੇ ਕੱਪੜਿਆਂ ਦੇ ਵਿੱਚ ਲਪਟੀਆਂ ਹੋਈਆਂ ਕਬਰਾਂ ਜਾਂ ਅੰਧ ਸੜੀਆਂ ਜਾਂ ਲਾਸ਼ਾਂ ਜਾਂ ਕੌਣ ਨੇ ਕਿਹੜੀਆਂ ਨੇ ਉਹ ਸਾਰੀਆਂ ਨਜ਼ਰ ਆ ਰਹੀਆਂ ਨੇ ਦੇਸ਼ ਦੀ ਬਦਨਾਮੀ ਹੋਈ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੁਣ ਜੇ ਆંકੜਿਆਂ ਦੇ ਹੇਰ ਫੇਰ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਵਿੱਚ ਆંકੜੇ ਜਿਹੜੇ ਸੀ 4 ਲੱਖ ਤੋਂ ਟੱਪ ਜਾਂਦੇ ਸਨ ਰੋਜ਼ਾਨਾ ਦੇ ਨਵੇਂ ਕੇਸ ਉਹ ਹੁਣ 2 ਕੋ ਲੱਖ ਦੇ ਜਾਂ 2 ਕੋ ਲੱਖ ਤੋਂ ਥੋੜੇ ਬਹੁਤੇ ਘੱਟ ਜਿਹੜੇ ਨੇ ਦੱਸੇ ਜਾ ਰਹੇ ਨੇ ਤੇ ਠੀਕ ਹੋਣ ਦੀ ਗਿਣਤੀ ਜਿਹੜੀ ਹੈ 280 ਕੁ ਹਜ਼ਾਰ ਦੇ ਇਸੇ ਤਰ੍ਹਾਂ ਪੰਜਾਬ ਦੇ ਵੀ ਘਟ ਰਹੇ ਨੇ ਜੇ 4 ਜਾਂ 4.5 ਹਜ਼ਾਰ ਨਵੇਂ ਆ ਰਹੇ ਨੇ ਤੇ 6000 ਦੇ ਆਸ-ਪਾਸ ਜਿਹੜੇ ਨੇ ਉਹ ਠੀਕ ਠੂਕ ਹੋ ਜਾਂਦੇ ਨੇ ਤੇ 1500 ਸਰਕਾਰੀ ਅੰਕੜੇ ਦੇ ਮੁਤਾਬਕ ਭਾਰਤ ਦੇ ਵਿੱਚ ਮੌਤ ਹੋ ਰਹੀ ਹੈ ਪੰਜਾਬ ਦੇ ਵਿੱਚ ਤੇ ਭਾਰਤ ਦੇ ਵਿੱਚ ਤਕਰੀਬਨ 3500 ਜ 3800 ਮੌਤ ਜਿਹੜੀ ਹੈ ਸਰਕਾਰੀ ਅੰਕੜੇ ਆ ਰਹੀ ਹੈ ਜੀ ਪਰ ਜਦੋਂ ਕਿਤੇ ਕੋਈ ਖਬਰਾਂ ਸੁਣਦੇ ਆ ਜਲੰਧਰ ਦੀ ਇੱਕ ਖਬਰ ਇੱਕ ਅਖਬਾਰ ਦੇ ਵਿੱਚ ਕੁਝ ਦਿਨ ਪਹਿਲਾਂ छਪੀ ਹੋਈ ਸੀ ਇੱਕ ਸ਼ਮਸ਼ਾਨ ਭੂਮੀ ਦੀ ਜਿਹੜੀ ਕਮੇਟੀ ਹੈ ਉਸ ਦੇ ਪ੍ਰਧਾਨ ਨੇ ਗੱਲ ਆਖੀ ਕਿ ਸਾਡੇ ਆਮ ਤੌਰ ਤੇ ਸ਼ਮਸ਼ਾਨ ਦੇ ਵਿੱਚ 25 ਤੋਂ 30 ਤੇ ਹੱਦ 35 ਜਿਹੜੇ ਸੀ ਉਹ ਮੁਰਦੇ ਜਿਹੜੇ ਸੀ ਸ਼ਮਸ਼ਾਨ ਭੂਮੀ ਦੇ ਵਿੱਚ ਆਉਂਦੇ ਸਨ ਮਹੀਨੇ ਦੇ ਜੀ ਤੇ ਸਾਡੇ ਕੋਲ ਰੋਜ਼ਾਨਾ 40 ਤੋਂ 45 ਆ ਰਹੇ ਨੇ ਹੂੰ ਹੁਣ ਦੇਖੋ ਜਦੋਂ ਪਿਛਲੇ ਸਾਲ ਵੱਲ ਆਪਣੇ ਆਪ ਨੂੰ ਰਿਵਾਈਂਡ ਕਰ ਲਈਏ ਹੂੰ ਤੇ ਸ਼ਮਸ਼ਾਨ ਘਾਟਾਂ ਵਾਲੇ ਇਹ ਕਹਿੰਦੇ ਸੀ ਦੇਖੋ ਜੀ ਲਾਕਡਾਊਨ ਲੱਗਿਆ ਪੂਰੇ ਮੁਲਕ ਦੇ ਵਿੱਚ ਇੱਥੇ ਜੋ ਐਕਸੀਡੈਂਟਾਂ ਨਾਲ ਜਾਂ ਹੋਰ ਬਿਮਾਰੀਆਂ ਨਾਲ ਲੋਕ ਆਉਂਦੇ ਸਨ ਜਿਨ੍ਹਾਂ ਦੀ ਮੌਤ ਹੋ ਜਾਂਦੀ ਸੀ ਕਿਸੇ ਕਾਰਨ ਕਾਰਨਾ ਕਰਕੇ ਉਹ ਵੀ ਘਟ ਗਏ ਨੇ ਤੇ ਮ੍ਰਿਤਕਾਂ ਦੀ ਗਿਣਤੀ ਓਵਰ ਆਲੀ ਬਹੁਤ ਘਟ ਗਈ ਆ ਸ਼ਮਸ਼ਾਨ ਭੂਮੀਆਂ ਜਿਹੜੀਆਂ ਸੀ ਤਕਰੀਬਨ ਖਾਲੀ ਹੋਈਆਂ ਪਈਆਂ ਸਨ ਸੋ ਹਾਲਾਤ ਇਹ ਨੇ ਸ਼ਮਸ਼ਾਨਾਂ ਦੇ ਵਿੱਚ ਲਾਈਨਾਂ ਲਗੀਆਂ ਹੋਈਆਂ ਇਸੇ ਤਰ੍ਹਾਂ ਕੀਰਤਪੁਰ ਸਾਹਿਬ ਦੇ ਵਿੱਚ ਆਸਥਤਾਰਨ ਵਾਸਤੇ ਜਦੋਂ ਗੁਰਦੁਆਰਾ ਪਤਾਲਪੁਰੀ ਸਾਹਿਬ ਜਾਂਦੇ ਨੇ ਸਾਡੇ ਸਿੱਖ ਕੌਮ ਨਾਲ ਸੰਬੰਧਿਤ ਜਾਂ ਪੰਜਾਬ ਦੇ ਲੋਕ ਜਿਹੜੇ ਨੇ ਉੱਥੇ ਜਾਂਦੇ ਨੇ ਤਾਂ ਉੱਥੇ ਵੀ ਅੰਕੜੇ ਦੱਸੇ ਗਏ ਨੇ ਕਿ ਸਵੇਰੇ 4 ਵਜੇ ਲਾਈਨ ਲੱਗ ਜਾਂਦੀ ਆ ਤੇ ਆਮ ਤੌਰ ਤੇ ਜੋ ਉੱਥੇ ਜਿੰਨੇ ਕੁ ਸਰਦਾਲੂ ਉੱਥੇ ਆਉਂਦੇ ਸੀ ਜੋ ਤੇ ਰਜਿਸਟਰ ਲੱਗਿਆ ਹੋਇਆ ਉਹਨਾਂ ਦੀ ਗਿਣਤੀ 4 ਤੋਂ 5 ਗੁਣਾ ਵਧ ਗਈ ਇਹਨਾਂ ਦਿਨਾਂ ਦੇ ਵਿੱਚ ਜੀ ਬਹੁਤ ਮੌਤਾਂ ਹੋਈਆਂ ਨੇ ਪੰਜਾਬ ਦੇ ਅੰਕੜੇ ਮੈਂ ਫੇਰ ਵੀ ਕਹਿ ਸਕਦਾ ਕਿ ਪੰਜਾਬ ਦੇ ਅੰਕੜੇ ਕਾਫੀ ਸਹੀ ਦੱਸੇ ਗਏ ਨੇ ਜਿਨ੍ਹਾਂ ਸੂਬਿਆਂ ਦੀ ਬਹੁਤ ਪਤਲੀ ਹਾਲਤ ਹੋਈ ਹੈ ਤੇ ਅੰਕੜਿਆਂ ਨੂੰ ਲੁਕਾਉਣ ਦੇ ਜਿਹੜੇ ਸੀ ਉਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਲੁਕਾਉਣ ਦੀ ਸ਼ੱਕ ਹੈ ਉਹਨਾਂ ਵਿੱਚ ਯੂਪੀ ਮਹਾਰਾਸ਼ਟਰ ਵੀ ਹੈ ਮਧ ਪ੍ਰਦੇਸ਼ ਵੀ ਹੈ ਗੁਜਰਾਤ ਵੀ ਹੈ ਜਿੱਥੇ ਬਹੁਤ ਪਤਲੀ ਹਾਲਤ ਹੋਈ ਹੈ ਔਰ ਦੂਰ ਦਰਾਜ ਦੇ ਪਿੰਡਾਂ ਦੇ ਵਿੱਚ ਵੱਡਾ ਏਰੀਆ ਯੂਪੀ ਦਾ ਉੱਥੇ ਆਮ ਤੌਰ ਤੇ ਦੱਸਿਆ ਜਾਂਦਾ ਹੈ ਕਿ ਕਈ ਪਿੰਡਾਂ ਦੇ ਵਿੱਚ ਪਰਿਵਾਰਾਂ ਦੇ ਪਰਿਵਾਰ ਜਿਹੜੇ ਨੇ ਉਹਨਾਂ ਦੇ ਜੀ ਜਿਹੜੇ ਨੇ ਕਈ ਮਰੇ ਜਾ ਚੁੱਕੇ ਨੇ ਬਹੁਤ ਪਤਲੀ ਹਾਲਤ ਹੈ ਪਰ ਇਸ ਵੇਲੇ ਡਾਕਟਰ ਗਗਨਦੀਪ ਕੌਰ ਕੰਗ ਜਿਨ੍ਹਾਂ ਨੂੰ ਮੈਂ ਆਮ ਤੌਰ ਤੇ ਕੋਟ ਕਰਦਾ ਹੈ ਮਸ਼ਹੂਰ ਵਾਇਰੋਲੋজিস্ট ਨੇ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਸਨ ਕਿ 15 ਕੋ ਮਈ ਤੋਂ ਬਾਅਦ ਮੋੜਾ ਪੈ ਜਾਵੇਗਾ ਉਹ ਮੈਨੂੰ ਲੱਗਦਾ ਹੈ ਕਿ ਮੋੜਾ ਪਿਆ ਹੋਇਆ ਥੋੜਾ ਜਿਹਾ ਤੇ ਦੁਨੀਆ ਵੀ ਤੇ ਭਾਰਤ ਵੀ ਥੋੜੇ ਰਿਲੈਕਸ ਹੋਏ ਨੇ ਹਸਪਤਾਲ ਵੀ ਖਾਲੀ ਹੋਣ ਲੱਗੇ ਨੇ ਤੇ ਆਕਸੀਜਨ ਦੀ ਮੰਗ ਵੀ ਜਰੀਆ ਪੂਰੀ ਹੋ ਰਹੀ ਹੈ ਉਸ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਰੌਲਾ ਲਾਇਆ ਜਾ ਸਕਦਾ ਹੈ ਕਿ ਜਿਹੜੀ ਆਕਸੀਜਨ ਜਿਹੜੀ ਇੰਡਸਟਰੀਅਲ ਆਕਸੀਜਨ ਜਿਹੜੀ ਸੀ ਉਹ ਜਿਹੜੀ ਸੀ ਮੈਡੀਕਲ ਵਾਸਤੇ ਵਰਤੀ ਜਾ ਰਹੀ ਸੀ ਉਹ ਸਾਰੀ ਨੂੰ ਜਿਹੜਾ ਹੈ ਇੰਡਸਟਰੀਅਲ ਨੂੰ ਦੁਬਾਰਾ ਮਿਲਣੀ ਸ਼ੁਰੂ ਹੋ ਗਈ ਹੈ ਤੇ ਮੈਡੀਕਲ ਵਾਸਤੇ ਜਿਹੜੀ ਆਕਸੀਜਨ ਆ ਉਹਦੀ ਸਪਲਾਈ ਕਾਫੀ ਪੂਰੀ ਹੋ ਚੁੱਕੀ ਹੈ ਪਰ ਮਾੜੀਆਂ ਗੱਲਾਂ ਜਿਹੜੀਆਂ ਨੇ ਉਹ ਬਲੈਕ ਫੰਗਸ ਵਾਈਟ ਫੰਗਸ ਤੇ ਜੈਲੋ ਫੰਗਸ ਦੀਆਂ ਆ ਰਹੀਆਂ ਨੇ ਇਹ ਗੱਲਾਂ ਮਾੜੀਆਂ ਨੇ ਵਾਈਟ ਫੰਗਸ ਜਿਹੜੀ ਗੱਲ ਹੈ ਪੀੜੀ ਫੰਗਸ ਦੀ ਅਸੀਂ ਗੱਲ ਜਿਹੜੀ ਆ ਉਹ ਕਰ ਚੁੱਕੇ ਆਂ ਅਸੀਂ ਫਿਰ ਕਿਸੇ ਵੇਲੇ ਪ੍ਰੋਗਰਾਮ ਵਿੱਚ ਉਹਦੀ ਡਿਟੇਲ ਦਰਸ਼ਕਾਂ ਨਾਲ ਸਾਂਝੀ ਕਰਾਂਗੇ ਵਿਚਾਰਾਂ ਦੀ ਚਰਚਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਇਸ ਵੇਲੇ ਇੱਕ ਛੋਟੇ ਜਿਹੇ ਵਕਫੇ ਦਾ ਵੇਲਾ ਹੋ ਗਿਆ ਹੈ ਜਲਦ ਹਾਜ਼ਰ ਹੁੰਨੇ ਆ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖਣ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਗੁਲਦੀਪ ਜੀ ਜੇ ਟੀਕਾ ਕਰਨ ਦੀ ਗੱਲ ਕਰੀਏ ਤੇ ਲੋਕ ਟੀਕੇ ਵੱਲ ਨੂੰ ਤੁਰੇ ਨੇ ਜਾਂ ਅਜੇ ਵੀ ਪਹਿਲਾਂ ਵਾਂਗੂ हिਚਕਚਾਹਟ ਮਹਿਸੂਸ ਕਰਨ ਦੇ ਨੇ ਹੈ हिਚਕਚਾਹਟ ਹੈ ਜੀ ਉਸ ਦੇ ਕਈ ਕਾਰਨ ਨੇ ਜੀ ਲੋਕਾਂ ਦਾ ਨਿਰਾਪura ਸੀ ਕਸੂਰ ਨਹੀਂ ਸਵਲੀਨ ਜੀ ਕਹਿ ਸਕਦੇ ਉਸ ਦੇ ਵਿੱਚ ਕੰਪਨੀਆਂ ਨੇ ਇੱਕ ਰਾਮ ਰੋਲਾ ਜਾਂ ਕ੍ਰੀਏਟ ਕਰ ਲਿਆ ਜਿਸ ਦੇ ਵਿੱਚ ਜਿਵੇਂ ਇੱਕ ਕੰਪੀਟੀਸ਼ਨ ਦੇ ਵਿੱਚ ਆ ਕੇ ਹਰ ਇੱਕ ਨੇ ਆਪੋ ਆਪਣੇ ਹਿਸਾਬ ਨਾਲ ਬਿਆਨ ਦਤ ਕਰਨੇ ਸ਼ੁਰੂ ਕਰ ਦਿੱਤੇ ਜੀ ਕਿਤੇ ਇਹ ਨਾ ਲੱਗੇ ਕਿਸੇ ਨੂੰ ਕਿ ਮੈਂ ਪਿੱਛੇ ਰਹਿ ਗਿਆ ਹੂੰ ਹੁਣ ਤੁਹਾਨੂੰ ਯਾਦ ਹੋਵੇਗਾ ਕਿ ਕਈ ਦਿਨ ਪਹਿਲਾਂ ਗੱਲ ਚੱਲੀ ਸੀ ਕਿ ਇਸ ਦਾ ਜਿਹੜਾ ਪੇਟੈਂਟ ਹੈ ਉਹ ਰਿਲੀਜ਼ ਕਰ ਦੇਣ ਕੰਪਨੀਆਂ ਜੀ ਤੇ ਤਾਂ ਕਿ ਜਿਹੜਾ ਮਰਜ਼ੀ ਉਹ ਆਪਣੀ ਆਪਣੀ ਮਰਜ਼ੀ ਨਾਲ ਬਣਾ ਸਕੇ ਬਿਲਕੁਲ ਕੰਪਨੀਆਂ ਮੰਨੀਆਂ ਨਹੀਂ ਉਹ ਕਹਿੰਦੇ ਦੇਖੋ ਜੀ ਬੜੀਆਂ ਉਹਨਾਂ ਨੇ ਕੋਲ-ਕੋਲ ਗੱਲਾਂ ਕਰਨੀ ਸ਼ੁਰੂ ਕਰਤੀਆਂ ਲਓ ਜੀ ਜੇ ਅਸੀਂ ਜਿਹੜੇ ਪੈਸੇ ਰਿਸਰਚ ਤੇ ਖਰਚੇ ਨੇ ਖੋਜ ਤੇ ਖਰਚੇ ਨੇ ਜੇ ਤੁਸੀਂ ਸਾਡੇ ਕੋਲ ਇਸ ਤਰ੍ਹਾਂ ਅਧਿਕਾਰ ਖੋਲ ਲਵੋਗੇ ਤੇ ਫਿਰ ਅਗਾ ਵਾਸਤੇ ਕੋਈ ਬਿਮਾਰੀ ਆਵਗੀ ਤੇ ਕੌਣ ਮਤਲਬ ਡਰਾਵਾ ਮਾਰਦੇ ਨੇ ਜੀ ਹੁਣ ਉਹਨਾਂ ਦੀ ਗੱਲ ਪਤਾ ਨਹੀਂ ਸੁਣੀ ਗਈ ਜਾਂ ਮੰਨੀ ਗਈ ਜੋ ਬਰਡ ਨੇ ਨੈਕਸਟ ਸਟੈਪ ਤਾਂ ਲਿਆ ਕੋਈ ਬਹੁਤਾ ਕੰਮ ਹੋਇਆ ਨਹੀਂ ਫਾਈਜ਼ਰ ਦੇ ਨਾਲ ਗੱਲਬਾਤ ਪਰ ਸਰਕਾਰ ਜਿਹੜੀ ਹੈ ਚਲਦੀ ਆ ਉਹਨਾਂ ਦੀ ਤੇ ਖਤਮ ਹੋ ਜਾਂਦੀ ਹੈ ਹੁਣ ਫਾਈਜ਼ਰ ਦਾ ਟੀਕਾ ਦੁਨੀਆ ਦੇ ਵਿੱਚ ਵੈਸੇ ਸਭ ਤੋਂ ਜ਼ਿਆਦਾ ਜਿਹੜਾ ਹੈ ਫਾਈਜ਼ਰ ਦੀ ਹੀ ਗੱਲ ਹੋ ਰਹੀ ਹੈ ਐਸਟਰਾਜਨਕਾ ਬਾਰੇ ਮੜਾ-ਮੋਟਾ ਰੌਲਾ ਹੈ ਕਲੋਟਿੰਗ ਦੀ ਸ਼ਿਕਾਇਤ ਦਸੀ ਜਾ ਰਹੀ ਹੈ ਪਰ ਕੋਈ ਇੰਨੀ ਜ਼ਿਆਦਾ ਨਹੀਂ ਦੱਸੀ ਗਈ ਜਿੰਨੀ ਕਿ ਲੋਕਾਂ ਨੂੰ ਲਾਇਆ ਜਾ ਚੁੱਕਾ ਹੁਣ ਠੀਕ ਠਾਕ ਹੈ ਕੋਈ ਇਹੋ ਜਿਹੀ ਵੱਡੀ ਗੱਲ ਨਹੀਂ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਵੀ ਐਸਟਰਾਜਨਕਾ ਦਾ ਟੀਕਾ ਹੀ ਲਗਵਾਇਆ ਹੈ ਜੀ ਹੁਣ ਹੁਣ ਫਾਈਜ਼ਰ ਦੇ ਨਾਲ ਜਿਹੜੀ ਗੱਲਬਾਤ ਹੈ ਉਹ ਕਿਉਂ ਖਤਮ ਹੋ ਜਾਂਦੀ ਹੈ ਫਾਈਜ਼ਰ ਵਾਲੇ ਕਹਿੰਦੇ ਨੇ ਕਿ ਸਾਨੂੰ ਇੰਡੈਮਨਿਟੀ ਚਾਹੀਦੀ ਹੈ ਇੰਡੈਮਨਿਟੀ ਹੈ ਕਿ ਸੁਰੱਖਿਆ ਚਾਹੀਦੀ ਹੈ ਜਿਵੇਂ ਕਈ ਵਾਰੀ ਸੀ ਡਾਕਟਰ ਤੋਂ ਕੋਈ ਦਵਾਈ ਲਿਖਾਉਂਦੇ ਤੇ ਉੱਤੇ ਲਿਖਿਆ ਦਾ ਨੋਟ ਫਾਰ ਮੈਡੀਕਲ ਲੀਗਲ ਪਰਪਸ ਜੀ ਉਹ ਆਪਣੀ ਜਾਨ ਵੀ ਸਾਰੇ ਬਚਾਉਣਾ ਚਾਹੁੰਦੇ ਨੇ ਫਾਈਜ਼ਰ ਵਾਲੇ ਚਾਹੁੰਦੇ ਨੇ ਕਿ ਕੱਲੋਂ ਟੀਕਾ ਦੇ ਨਾਲ ਭਾਰਤੀਆਂ ਨੂੰ ਭਾਰਤ ਦੇ ਲੋਕਾਂ ਨੂੰ ਜਿਹਨਾਂ ਨੂੰ ਟੀਕਾ ਲੱਗਣਾ ਹੈ ਕੋਈ ਸਮੱਸਿਆ ਉਤਪੰਨ ਹੋਵੇ ਤੇ ਫਿਰ ਅਸੀਂ ਉਹਦੇ ਵਿੱਚ ਕੋਈ ਜਿਹੜਾ ਨਾ ਸਾਨੂੰ ਕੋਈ ਛੋਟੀ ਚਾਹੀਦੀ ਸਰਕਾਰ ਤੋਂ ਕਿ ਸਾਡੇ ਤੇ ਕੋਈ ਕੇਸ ਨਾ ਕਰ ਸਕੇ ਹਰਜਾਨੇ ਦਾ ਕੇਸ ਨਾ ਸਾਡੇ ਤੇ ਹੋਵੇ ਸਰਕਾਰ ਕਹਿੰਦੀ ਹੈ ਕਿ ਅਸੀਂ ਇਹ ਕੰਮ ਕੀਤਾ ਨਹੀਂ ਕਦੇ ਅਸੀਂ ਕਰਨਾ ਨੇ ਤੁਸੀਂ ਆਉਣਾ ਤੇ ਆਓ ਹੁਣ ਉਹ ਕਹਿੰਦੇ ਨੇ ਕਿ ਵੱਡੀ ਡੋਜ਼ ਉਹਨਾਂ ਨੇ ਦੇਣ ਦਾ ਵਾਅਦਾ ਜ਼ਰੂਰ ਕਰ ਲਿਆ ਹੈ ਭਾਰਤ ਨੂੰ ਪਛੇਤੀ ਦੇਮਾਗੇ ਪਰ ਕੁਝ ਸ਼ਰਤਾਂ ਨੇ ਇਹ ਸ਼ਰਤਾਂ ਕੀ ਨੇ ਟਰਮਨਲ ਕੰਡੀਸ਼ਨ ਇਹ ਸਰਕਾਰ ਜਾਣਦੀ ਹੈ ਉਹਨਾਂ ਨਾਲ ਗੱਲ ਨਿਬੜੇਗੀ ਕਿ ਨਹੀਂ ਨਿਬੜੇਗੀ ਇਸ ਗੱਲ ਦਾ ਪਤਾ ਨਹੀਂ ਹੁਣ ਜਿਹੜੇ ਦੋ ਟੀਕੇ ਭਾਰਤ ਦੇ ਵਿੱਚ ਕੋਵੀ ਸ਼ੀਲਡ ਤੇ ਕੋਵੈਕਸਿਨ ਉਹ ਪ੍ਰੋਡਿਊਸ ਹੋ ਰਹੇ ਨੇ ਲੱਗ ਵੀ ਰਹੇ ਨੇ ਕੋਵੈਕਸਿਨ ਬਾਰੇ ਥੋੜਾ ਬਹੁਤਾ ਅਜੇ ਲੋਕਾਂ ਨੂੰ ਇੰਨਾ ਗਿਆਨ ਨਹੀਂ ਪਰ ਕੋਵੀ ਸ਼ੀਲਡਾਂ ਤੋਂ ਤਰਤੇ ਲੱਗ ਰਿਹਾ ਸਪੁਤਨਿਕ ਜਿਹੜਾ ਹੈ ਰਸ਼ੀਆ ਵਾਲਾ ਰੂਸ ਵਾਲਾ ਟੀਕਾ ਉਹ ਵੀ ਭਾਰਤ ਵਿੱਚ ਪ੍ਰੋਡਿਊਸ ਹੋਣਾ ਸ਼ੁਰੂ ਹੋ ਗਿਆ ਤੇ ਲੱਗਣਾ ਸ਼ੁਰੂ ਹੋ ਗਿਆ ਜੀ ਹੁਣ ਇਹ ਸਾਰਾ ਕੰਮ ਹੋ ਰਿਹਾ ਪਰ ਇਸ ਤੇ ਚੱਲਦੇ ਲੋਕਾਂ ਦੀ ਥੋੜੀ ਜਿਹੀ ਇਹਨਾਂ ਕੰਪਨੀਆਂ ਦੇ ਰਾਮ ਰੋਲੇ ਦੇ ਵਿੱਚ ਤੇ ਲੋਕਾਂ ਦੇ ਤੱਕ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈ ਉਹ ਨਹੀਂ ਪਹੁੰਚ ਸਕੀ ਇਸ ਕਰਕੇ ਲੋਕ ਥੋੜਾ ਜਿਹਾ ਹਿਚਕਚਾ ਰਹੇ ਨੇ ਅਸੀਂ ਫੇਰ ਸੰਦੇਸ਼ ਦੇਵਾਂਗੇ ਆਪਣੇ ਜ਼ਰੀਏ ਕਿ ਹਿਚਕਚਾਉਣ ਦੀ ਲੋੜ ਨਹੀਂ ਜੀ ਤੁਸੀਂ ਟੀਕਾ ਲਗਵਾਉਣਾ ਹੀ ਬਿਹਤਰ ਹੈ ਕਈ ਘਟਨਾਵਾਂ ਕੇ ਜਗ੍ਹਾ ਇਹੋ ਜਿਹੀਆਂ ਹੋਈਆਂ ਨੇ ਲੋਕ ਕਹਿੰਦੇ ਨੇ ਕਿ ਦੇਖੋ ਟੀਕਾ ਲਗਵਾਇਆ ਅਸੀਂ ਫੇਰ ਅਸੀਂ ਪੋਜ਼ਿਟਿਵ ਹੋ ਗਏ ਟੀਕੇ ਨੇ ਪੋਜ਼ਿਟਿਵ ਹੋਣ ਤੋਂ ਨਹੀਂ ਬਚਾਉਣਾ ਇਹਨੇ ਤੁਹਾਡੀ ਇਮਿਊਨਿਟੀ ਬਿਲਡ ਕਰਨੀ ਹੈ ਇਹ ਵੀ ਗੱਲ ਚੱਲਦੀ ਆ ਰਹੀ ਕਿ ਪਹਿਲਾ ਟੀਕਾ ਐਸਟਰਾਜੈਨਕਾ ਦਾ ਤੇ ਦੂਸਰਾ ਫਾਈਜ਼ਰ ਦਾ ਅਗਰ ਲੱਗ ਜਾਵੇ ਤੇ ਬਹੁਤ ਜ਼ਿਆਦਾ ਬਿਹਤਰ ਇਮਿਊਨਿਟੀ ਜਿਹੜੀ ਹੈ ਉਹ ਬਣਦੀ ਹੈ ਸੋ ਕਈ ਥਿਉਰੀਜ਼ ਨੇ ਉਸ ਵਿੱਚ ਲੋਕ ਥੋੜਾ ਉਲਝੇ ਹੋਏ ਨੇ ਪੜੇ ਲਿਖੇ ਲੋਕ ਵੀ ਉਲਝੇ ਹੋਏ ਨੇ ਅਸੀਂ ਤਕਨੀਕੀ ਤੌਰ ਤੇ ਮੈਂ ਉਹਨਾਂ ਨੂੰ ਕੁਝ ਨਹੀਂ ਕਹਿ ਸਕਦਾ ਪਰ ਥੋੜਾ ਜਿਆ ਸੋਚ ਕੇ ਇਸ ਅੜਿਆਲ ਨੂੰ ਛੱਡ ਦੇਣਾ ਚਾਹੀਦਾ ਹੈ ਕਿਸ ਜੇ ਕਿਸੇ ਨੇ ਵੀ ਕੀਤਾ ਹੋਇਆ ਕਿ ਮੈਂ ਤੇ ਲਗਵਾਉਣਾ ਨਹੀਂ ਮੈਨੂੰ ਕੁਝ ਨਹੀਂ ਹੁੰਦਾ ਇਹ ਕੁਝ ਨਹੀਂ ਹੁੰਦਾ ਵਾਲੀ ਜਿਹੜੀ ਗੱਲ ਹੈ ਸਾਨੂੰ ਛੱਡਣੀ ਪੈਣੀ ਹੈ ਟੀਕਾ ਲਗਵਾ ਲੈਣਾ ਚਾਹੀਦਾ ਹਿਚਕਚਾਹਟ ਆਪਣੇ ਤੌਰ ਤੇ ਦੂਰ ਕਰ ਲਓ ਕਿਹੜਾ ਲਗਵਾਉਣਾ ਇਹ ਤੁਸੀਂ ਸਟੱਡੀ ਕਰ ਲਓ ਡਾਕਟਰਾਂ ਨੂੰ ਪੁੱਛ ਲਓ ਜੀ ਲੋਕਾਂ ਦਾ ਨਾ ਦੁੱਧ ਵਿਕਦਾ ਤੇਰਾ ਵਿਕਦਾ ਜੈ ਕੁਰੇ ਪਾਣੀ ਪਰ ਅਸੀਂ ਇਹਦੀ ਗੱਲ ਕਰਾਂਗੇ ਜਿਨ੍ਹਾਂ ਦਾ ਗਊ ਮੂਤਰ ਵਿਕਦਾ ਜੀ RAMDEV ਦੀ ਗੱਲ ਕਰਦੇ ਆ ਜੀ ਜੀ RAMDEV ਚੰਗਾ ਅੱਜਕੱਲ ਪਵਾੜੇ ਨੂੰ ਫੜਿਆ ਹੋਇਆ ਆਈਐਮਐਨ ਨੇ ਉਹਦੀ ਧੌਣ ਤੇ ਗੋਡਾ ਰੱਖਿਆ ਤੇ ਸਾਨੂੰ ਤੋਂ ਇਹ ਦੱਸੋ ਵੀ ਆਈਐ ਦੇਖੋ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿਹੜੀ ਹੈ ਬੜੀ ਸਟਰੋਂਗ ਸੰਸਥਾ ਹੈ ਹੁਣ ਇੱਥੇ ਜਿਹੜੀ ਇੱਕ ਲੜਾਈ ਜੀ ਜਿਹੜੀ ਬਣ ਗਈ ਹੈ ਉਹ ਇੱਕ ਇਸ ਤਰ੍ਹਾਂ ਲੱਗਦਾ ਹੈ ਕਿ ਇੱਕ ਜਿਹੜਾ ਇਲਾਜ ਕਰਨ ਦਾ ਪੈਟਰਨ ਹੈ ਜਿਹੜਾ ਦੁਨੀਆ ਵਿੱਚ ਸਿਸਟਮ ਚੱਲ ਰਹੇ ਨੇ ਜੇ ਮੇਨ ਮੇਨ ਦੋ ਤਿੰਨ ਸਿਸਟਮ ਲੈ ਲਈਏ ਭਾਰਤੀਆਂ ਦਾ ਆਯੁਰਵੈਦਿਕ ਹੈ ਭਰ ਦੀ ਯਾਦ ਹੈ ਇਹ ਤੇ ਮੰਨਦੇ ਨੇ ਕਿ ਸਾਡੀਆਂ ਰਿਸ਼ੀਆਂ ਮੂਣੀਆਂ ਤੋਂ ਸਮੇਂ ਤੋਂ ਚੱਲਦੀ ਆ ਰਹੀ ਹੈ ਕਹਾਣੀ ਹੈ ਤੇ ਅਸੀਂ ਜੜੀਆਂ ਬੂਟੀਆਂ ਤੇ ਹੋਰ ਚੀਜ਼ਾਂ ਦੇ ਨਾਲ ਇਸ ਤਰ੍ਹਾਂ ਭਸਮ ਕਰਕੇ ਜਾਂ ਕੋਈ ਤੱਤ ਜਿਹੜੇ ਨੇ ਉਹ ਦਿੰਦੇ ਆ ਮਰੀਜ਼ਾਂ ਨੂੰ ਜਾਂ ਇਲਾਜ ਕਰਦੇ ਆ ਉਹ ਠੀਕ ਹੋ ਜਾਂਦੇ ਨੇ ਇਹ ਸਾਰਾ ਕੁਝ ਚੱਲਦਾ ਹੈ ਆਯੁਰਵੈਦਿਕ ਭਾਰਤ ਦੀ ਆਪਣੀ ਖੋਜ ਆ ਤੇ ਆਯੁਰਵੈਦਿਕ ਦੇ ਨਾਲ ਜੇ ਭਾਰਤ ਦੇ ਵਿੱਚ ਜਿਹੜੇ ਸਿਸਟਮ ਚੱਲਦੇ ਨੇ ਉਹਨਾਂ ਵਿੱਚ ਹੋਰ ਵੀ ਕਈ ਬਾਕੀ ਦੇ ਛੱਡ ਵੀ ਲਈਏ ਤੇ ਦੋ ਪ੍ਰਮੁੱਖ ਨੇ ਐਲੋਪੈਥਿਕ ਮੈਡੀਸਨ ਤੇ ਉਹਦਾ ਇਲਾਜ ਹੈ ਸਿਸਟਮ ਹੈ ਜਿਸ ਦੇ ਵਿੱਚ ਇੰਨੀ ਡਵੈਲਪਮੈਂਟ ਆ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਡਾ ਸਿਸਟਮ ਇਹੋ ਹੀ ਆ ਹੋਮੋਪੈਥਿਕ ਵੀ ਹੈ ਜੀ ਹੁਣ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਐਲੋਪੈਥੀ ਦੇ ਖਿਲਾਫ ਵੀ ਤੇ ਹੋਮੋਪੈਥੀ ਦੇ ਖਿਲਾਫ ਵੀ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਔਰ ਬਹੁਤ ਵਾਰੀਆਂ ਹੋਈਆਂ ਨੇ ਜੀ ਤੇ ਅੱਜ ਵੀ ਹੋ ਰਹੀਆਂ ਨੇ ਮੁਝਾਰੇ ਵੀ ਹੁੰਦੇ ਰਹੇ ਨੇ ਐਲੋਪੈਥੀ ਦੇ ਕਈ ਦਵਾਈਆਂ ਦੇ ਖਿਲਾਫ ਕਿਸੇ ਕਿਸੇ ਆਪਰੇਸ਼ਨ ਦੇ ਖਿਲਾਫ ਸਰਜਰੀ ਦੇ ਖਿਲਾਫ ਸਾਰੀਆਂ ਚੀਜ਼ਾਂ ਦੇ ਖਿਲਾਫ ਡਾਕਟਰਾਂ ਦਾ ਇੱਕ ਕੰਮ ਕਰਨ ਦਾ ਤਰੀਕਾ ਤੇ ਲੋਕਾਂ ਨੂੰ ਲੁੱਟਖੋੜ ਦਾ ਜ਼ਰੀਆ ਬਣਾਉਣ ਦੀਆਂ ਗੱਲਾਂ ਐਲੋਪੈਥੀ ਦੇ ਚੱਲਦੀਆਂ ਰਹੀਆਂ ਨੇ ਜੀ ਹੁਣ ਗੱਲ ਕਰਦੇ ਆਯੁਰਵੇਦ ਦੀ ਇਸ ਗੱਲ ਨੂੰ ਸੁਵਲਿੰਜੀ ਬਿਲਕੁਲ ਵੀ ਨਹੀਂ ਕਤੇ ਨਹੀਂ ਲਿਆਉਣਾ ਚਾਹੀਦਾ ਦਿਮਾਗ ਦੇ ਵਿੱਚ ਵੀ ਇਹ ਕੋਈ ਲੜਾਈ ਆਯੁਰਵੇਦ ਤੇ ਐਲੋਪੈਥੀ ਦੀ ਹੈ ਆਯੁਰਵੇਦ ਆਪਣੀ ਜਗ੍ਹਾ ਤੇ ਇੱਕ ਕਿਸਮ ਦਾ ਵਿਗਿਆਨ ਹੈ ਜੀ ਜੇ ਹੁਣ ਮੈਂ ਜਾਣਕਾਰੀ ਦੇਵਾਂ ਦਰਸ਼ਕਾਂ ਨੂੰ ਲਾਹੌਰ ਦੇ ਵਿੱਚ ਇੱਕ ਕਾਲਜ ਸਥਾਪਿਤ ਹੋਇਆ 1896 ਜਾਂ 98 ਦੇ ਆਸ-ਪਾਸ 47 ਵੇਲੇ ਕਾਲਜ ਬੰਦ ਕਰਨਾ ਪਿਆ ਗਿਆ 1 ਵੰਡ ਵੇਲੇ ਕਿਉਂਕਿ ਇਹ ਹਿੰਦੂ ਸਿਸਟਮ ਦੇ ਹਿਸਾਬ ਨਾਲ ਇਹ ਰਿਸ਼ੀਆ ਮੂਨੀਆਂ ਦੀਆਂ ਖੋਜਾਂ ਦੇ ਆਧਾਰ ਤੇ ਜਿਹੜਾ ਆਯੁਰਵੇਦ ਆ ਉਹ ਕਾਇਮ ਕੀਤਾ ਗਿਆ ਸੀ ਉਹ ਕਾਲਜ ਲਾਹੌਰ ਦੇ ਵਿੱਚ ਬਣਾਇਆ ਤੇ ਉਸ ਨੂੰ ਫਿਰ ਜਲੰਧਰ ਸ਼ਿਫਟ ਕੀਤਾ ਗਿਆ ਜੀ ਔਰ ਇੱਥੇ ਤਕਰੀਬਨ 52 ਜਾਂ 53 ਦੇ ਆਸ-ਪਾਸ ਜਿਹੜਾ ਸੀ ਉਹ ਕਾਲਜ ਦੁਬਾਰਾ ਬਣਾਇਆ ਗਿਆ ਤੇ ਅੱਜ ਉਸ ਦਾ ਨਾਮ ਜਲੰਧਰ ਡੀਏਵੀ ਕਾਲਜ ਹੈ ਉਹ ਡੀਏਵੀ ਕਾਲਜ ਨਹੀਂ ਜਿਹੜਾ ਆਮ ਤੌਰ ਤੇ ਸਮਝਿਆ ਜਾਂਦਾ ਉਸ ਦੇ ਲੱਗੇ ਹੀ ਇੱਕ ਹੋਰ ਕਾਲਜ ਹੈ ਦਇਆਨੰਦ ਆਯੁਰਵੈਦਿਕ ਕਾਲਜ ਉਹ ਐਂਗਲੋਵੈਦਿਕ ਕਾਲਜ ਹੈ ਜਿਹੜਾ ਆਮ ਤੌਰ ਤੇ ਡੀਏਵੀ ਸਮਝਿਆ ਜਾਂਦਾ ਇਸ ਕਾਲਜ ਦੇ ਵਿੱਚ ਜਿਹੜੀਆਂ ਡਿਗਰੀਆਂ ਕਰਵਾਈਆਂ ਜਾਂਦੀਆਂ ਨੇ ਉਹਨਾਂ ਵਿੱਚ ਬੀਏ ਐਮਐਸ ਹੈ ਆਯੁਰਵੈਦਿਕ ਦੀ ਐਮਐਸ ਹੈ ਔਰ ਐਮਡੀ ਹੈ ਤੇ ਇਹਦੇ ਨਾਲ ਫਿਰ ਅੱਗੇ ਸੈਕਸ਼ਨ ਨੇ ਜਿਹੜੇ ਸਰੀਰ ਦੇ ਵੱਖ-ਵੱਖ ਅੰਗਾਂ ਦੇ ਹਿਸਾਬ ਨਾਲ ਵੀ ਨੇ ਸਰਜਰੀ ਦੇ ਵੀ ਨੇ ਤੇ ਸਾਰੇ ਸਿਸਟਮ ਜਿਹੜਾ ਇੱਕ ਇੱਕ ਵੱਡਾ ਸਟਾਫ ਤੇ ਫੈਕਲਟੀ ਹੈ ਜੋ ਇੱਕ ਵੱਡੀ ਪੜ੍ਹਾਈ ਜਿਹੜੀ ਹੈ ਉਹ ਵਿਦਿਆਰਥੀਆਂ ਨੂੰ ਕਰਵਾਈ ਜਾਂਦੀ ਹੈ ਤੇ ਆਯੁਰਵੇਦ ਸਿਖਾਇਆ ਜਾਂਦਾ ਹੈ ਤੇ ਫਿਰ ਉਹਨਾਂ ਨੂੰ ਡਿਗਰੀਆਂ ਦਿੱਤੀਆਂ ਜਾਂਦੀਆਂ ਨੇ ਤੇ ਫਿਰ ਉਹ ਜਾ ਕੇ ਲੋਕਾਂ ਦਾ ਇਲਾਜ ਕਰਦੇ ਨੇ ਆਪਣੇ ਹਸਪਤਾਲ ਵੀ ਖੋਲੇ ਹੋਏ ਨੇ ਕਈ ਹਸਪਤਾਲਾਂ ਦੇ ਵਿੱਚ ਐਲੋਪੈਥੀ ਡਾਕਟਰਾਂ ਦੇ ਨਾਲ ਵੀ ਆਯੁਰਵੈਦਕ ਵਾਲੇ ਬੈਠਦੇ ਨੇ ਕਈ ਐਲੋਪੈਥੀ ਵਾਲੇ ਡਾਕਟਰ ਆਯੁਰਵੇਦ ਦੀਆਂ ਦਵਾਈਆਂ ਵੀ ਵਰਤਦੇ ਨੇ ਇਸ ਤਰ੍ਹਾਂ ਦਾ ਸਿਸਟਮ ਹੈ ਉਹਨਾਂ ਕੋਲ ਲੈਸਰ ਹੁੰਦਾ ਜਿਸ ਨੇ ਵੀ ਐਮਐਸ ਕੀਤੀ ਹੋਵੇ ਉਹ ਇਲਾਜ ਕਰ ਸਕਦਾ ਲੋਕਾਂ ਦਾ ਪਿੰਡਾਂ ਦੇ ਹੱਡਿਆਂ ਦੇ ਵਿੱਚ ਪਿੰਡਾਂ ਵਿੱਚ ਆਮ ਤੌਰ ਤੇ ਬੀਐਮਐਸ ਤੁਹਾਨੂੰ ਸ਼ਹਿਰਾਂ ਦੇ ਵਿੱਚ ਬੀਐਮਐਸ ਡਾਕਟਰ ਮਿਲ ਜਾਂਦੇ ਨੇ ਉਹ ਸਾਰਾ ਕੁਝ ਪੜ੍ਹਾਈ ਤੋਂ ਬਾਅਦ ਹੁੰਦਾ ਹੈ ਜਰੂਰੀ ਗੱਲ ਜੀ ਬਾਬਾ RAMDEV ਦੇ ਕੋਲ ਕਿਹੜੀ ਡਿਗਰੀ ਹੈ ਹਮ ਇੱਕ ਵਿਅਕਤੀ ਦਾ ਨਾਮ ਹੈ ਤੁਹਾਨੂੰ ਪੁੱਛਣਾ RAM KRISHAN YADAV ਤੁਸੀਂ ਨਾਮ ਸੁਣਿਆ ਹੈ ਪਹਿਲਾਂ ਨਹੀਂ ਇਹ ਬਾਬਾ RAMDEV ਦਾ ਅਸਲੀ ਨਾਮ ਹੈ ਅੱਛਾ ਉਹ ਤਾਂ ਕਹਿੰਦਾ ਮੈਂ ਸੁਆਮੀ RAMDEV ਹਾਂਜੀ ਉਹਨੂੰ ਤੇ ਬਹੁਤ ਕੁਝ ਵੀ ਕਹਿ ਸਕਦੇ ਆ ਔਰ ਸੁਆਮੀ RAMDEV ਇੱਕ ਸਿਰਫ ਵਪਾਰੀ ਹੈ ਇੱਕ ਯੋਗ ਗੁਰੂ ਮੈਂ ਉਸਨੂੰ ਕਹਿ ਸਕਦਾ ਹਾਂ ਪਰ ਆਯੁਰਵੇਦ ਦਾ ਸਭ ਤੋਂ ਵੱਡਾ ਡਾਕਟਰ ਹੋਣ ਦਾ ਜੋ ਦਾਵਾ ਉਹ ਕਰਦਾ ਹੈ ਇਹ ਦਾਵਾ ਗਲਤ ਹੈ ਉਹਨੂੰ ਨਹੀਂ ਕਰਨਾ ਚਾਹੀਦਾ ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਾਲ ਸਿੱਧਾ ਪੰਗਾ ਤੇ ਲੈਣ ਦਾ ਮਤਲਬ ਹੀ ਕੋਈ ਨਹੀਂ ਜਿਸ ਨੇ ਵੇਚਣਾ ਤੇ ਆਪਣਾ ਸਮਾਨ ਵੇਚੀ ਜਾਵੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਵਾਲੇ ਉਸਨੂੰ ਕੁਝ ਨਹੀਂ ਕਹਿੰਦੇ ਪਰ ਜਦੋਂ ਸਿੱਧਾ ਕਿਸੇ ਤੇ ਉਂਗਲੀ ਕਰੇਗਾ ਫਿਰ ਜਿਵੇਂ ਉਸਦੀ ਇੱਕ ਮਸ਼ਹੂਰ ਹੋਈ ਵੀਡੀਓ ਵਿੱਚ ਦਬਕੇ ਪੈ ਨੇ ਤਾਂ ਉਹ ਤਾਂ ਪੈਣੇ ਨੇ ਹੁਣ ਬਾਬਾ RAMDEV ਹੁਣ ਕਹਿੰਦੇ ਨੇ ਕਿ ਕਿਸੇ ਦੇ ਪਿਓ ਵਿੱਚ ਜ਼ਰੂਰਤ ਨਹੀਂ ਕਿ ਮੈਨੂੰ ਗ੍ਰਿਫਤਾਰ ਕਰ ਲਵੇ ਹੁਣ ਬਾਬਾ ਜੀ ਜੇ ਤੁਸੀਂ ਇਸਤਰੀਆਂ ਵਾਲੇ ਕੱਪੜੇ ਪਾ ਕੇ ਨਿਕਲ ਜਾਣਾ ਤਾਂ ਫਿਰ ਤੁਹਾਨੂੰ ਗ੍ਰਿਫਤਾਰ ਕੌਣ ਕਰੇਗਾ ਤੇ ਗ੍ਰਿਫਤਾਰ ਕਰਨ ਵਾਲੇ ਤੇ ਫੇਰ ਵੀ ਕਾ ਲੈਂਦੇ ਨੇ ਇਸੇ ਤਰ੍ਹਾਂ ਹੀ ਪਤੰਜਲੀ ਯੋਗ ਪੀਠ ਦਾ ਜਿਹੜਾ ਸਾਰਾ ਕਾਰੋਬਾਰ ਦੇਖਦੇ ਨੇ ਉਹਨਾਂ ਦਾ ਬਾਲਾ ਕ੍ਰਿਸ਼ਨ ਆਚਾਰੀਆ ਬਾਲਾ ਕ੍ਰਿਸ਼ਨ ਜਿਹੜੇ ਨੇ ਉਹਨਾਂ ਦੀ ਯੋਗਤਾ ਬਾਰੇ ਮੈਂ ਬੜੀ ਖੋਜ ਕੀਤੀ ਆ ਉਹਨਾਂ ਦੀ ਯੋਗਤਾ ਬਾਰੇ ਵੀ ਕੁਝ ਪਤਾ ਨਹੀਂ ਵੀ ਉਹਨਾਂ ਦੀ ਕੀ ਯੋਗਤਾ ਹੈ ਹੁਣ ਬਾਬਾ ਰਾਮ ਦੇ ਲੋਕਾਂ ਨੂੰ ਕੀ ਵੇਚ ਰਹੇ ਹੋ ਯੋਗਾ ਤੇ ਸਾਡੀ ਸਦੀਆਂ ਪੁਰਾਣੀ ਤਕਨੀਕ ਹੈ ਇਹ ਤੇ ਜਦੋਂ ਅਸੀਂ ਛੋਟੇ ਹੁੰਦੇ ਸਾਂ ਤਾਂ ਦੂਰਦਰਸ਼ਨ ਦੇ ਉੱਪਰ ਯੋਗਾ ਸਿਖਾਉਣ ਦੇ ਬਹੁਤ ਸਾਰੇ ਯੋਗ ਗੁਰੂ ਹੋਇਆ ਕਰਦੇ ਸਨ ਤੇ ਇਹ ਤੇ ਜਦੋਂ ਮੀਡੀਆ ਦਾ ਪਸਾਰਾ ਹੋਇਆ ਤੇ ਦੁਨੀਆ ਦੇ ਵਿੱਚ ਪੈਸੇ ਨੇ ਪੈਰ ਪਸਾਰੇ ਤੇ ਸੋਸ਼ਲ ਮੀਡੀਆ ਦਾ ਤੇ ਹੋਰ ਚੈਨਲਾਂ ਦਾ ਆਗਮਨ ਹੋਇਆ ਬਾਬਾ RAMDEV ਨੇ ਉਸ ਨੂੰ ਚੰਗੀ ਤਰ੍ਹਾਂ ਕੈਸ਼ ਕੀਤਾ ਅੱਜ ਬਾਬਾ RAMDEV ਦੇ ਬਾਰੇ ਬਿਆਨਬਾਜ਼ੀ ਵੀ ਹੋ ਰਹੀ ਹੈ ਉਹ ਪਿੱਛੇ ਵੀ ਨਹੀਂ हट ਰਿਹਾ ਜਿਉਂ ਇਹ ਕਹਿ ਰਿਹਾ ਕਿ ਕਿਸੇ ਦੇ ਪਿਓ ਵਿੱਚ ਜ਼ਰੂਰਤ ਨਹੀਂ ਕਿ ਮੈਨੂੰ ਗ੍ਰਿਫਤਾਰ ਕਰ ਲਵੇ ਤੇ ਕਿਹਦੇ ਬਹਿਫਤੇ ਉਹ ਗੱਲ ਕਰ ਰਿਹਾ ਬਿਲਕੁਲ ਪਰ ਇਸ ਮਾਮਲੇ ਦੇ ਵਿੱਚ ਮੈਂ ਸਮਝਦਾ ਕਿ ਜਿਹੜੇ ਸਾਡੇ ਆਯੁਰਵੈਦਿਕ ਸੰਸਥਾਵਾਂ ਨੇ ਆਯੁਰਵੈਦਿਕ ਦੀਆਂ ਜਿਹੜੀਆਂ ਜਿਹੜੇ ਆਰਗੇਨਾਈਜੇਸ਼ਨ ਨੇ ਉਹ ਕਿਉਂ ਚੁੱਪ ਨੇ ਉਹਨਾਂ ਨੂੰ ਕਾਊਂਟਰ ਕਰਨਾ ਚਾਹੀਦਾ ਹੈ ਬਾਬਾ RAM ਦੇਵ ਨੂੰ ਉਹ ਸ਼ਾਇਦ ਡਰਦੇ ਨੇ ਇਸ ਗੱਲ ਤੋਂ ਕਿ ਬਾਬਾ RAM ਦੇ ਪਤਾ ਨਹੀਂ ਉਹਨਾਂ ਨੂੰ ਕੀ ਕਹਿ ਦੇਣ ਤੇ ਸਰਕਾਰ ਨੇ ਤੇ ਸ਼ਾਇਦ ਉਹਨਾਂ ਦੀ ਗੱਲ ਸੁਣਦੀ ਨਹੀਂ ਕਿਉਂਕਿ ਉਹ ਸਰਕਾਰ ਦੇ ਬਹੁਤ ক্লোਜ਼ ਨੇ ਨਜ਼ਦੀਕ ਨੇ ਬਿਲਕੁਲ ਬਾਬਾ RAM ਦੇ ਪਹਿਲੀ ਵਾਰੀ ਇਸ ਤਰ੍ਹਾਂ ਦੀਆਂ ਵਿਵਾਦਗ੍ਰਸਤ ਟਿੱਪਣੀਆਂ ਦੇ ਵਿੱਚ ਨਹੀਂ ਆਏ ਪਹਿਲਾਂ ਵੀ ਆਉਂਦੇ ਰਹਿੰਦੇ ਨੇ ਇਸ ਵਾਰੀ ਜਿਹੜਾ ਕੋ ਉਹਨਾਂ ਨੂੰ ਜਰਾ ਤਕੜੇ ਹੋ ਕੇ ਐਸੋਸੀਏਸ਼ਨ ਨੇ ਹੱਥ ਪਾਇਆ ਤੇ ਬਾਬਾ RAM ਦੇਵ ਨੂੰ ਥੋੜਾ ਜਿਹਾ ਮੋੜ ਹੁਣ ਕੱਟਣਾ ਚਾਹੀਦਾ ਹੈ ਉਹਨਾਂ ਨੇ ਜੇ ਮਾਫੀ ਮੰਗਵਾਈ ਹੈ ਮੈਡੀਕਲ ਐਸੋਸੀਏਸ਼ਨ ਨੇ ਤੇ ਸਿਹਤ ਮੰਤਰੀ ਨੇ ਹਰਸ਼ਵਦਨ ਨੇ ਕਿਹਾ ਕਿ ਤੁਸੀਂ ਮਾਫੀ ਮੰਗੋ ਤੇ ਫਿਰ 25 ਸਵਾਲ ਭੇਜ ਰਹੇ ਨੇ ਇਹ ਕੀ ਗੱਲ ਹੋਈ ਕਿ ਸਰਜਰੀ ਵਾਲਾ ਪਾਰਟ ਤੁਸੀਂ ਰੱਖ ਲਓ ਬਾਕੀ ਮੈਨੂੰ ਦੇ ਦਿਓ ਤੁਸੀਂ ਫਲਾਨੀ ਬਿਮਾਰੀ ਦਾ ਪੱਕਾ ਰਾਏ ਦੱਸੋ ਫਮਲ ਫਲਾਨੀ ਦਾ ਪੱਕਾ ਰਾਏ ਦੱਸੋ ਇਹ ਕਿਤੇ ਸਰਟੀਫਿਕੇਟ ਮਿਲਿਆ ਕਿਸੇ ਨੂੰ ਤੁਸੀਂ ਇਹ ਗੱਲ ਕਰੋ ਕਿ ਭਾਈ ਤੁਸੀਂ ਆਪਣਾ ਇਲਾਜ ਕਰਦੇ ਹੋ ਕਰੀ ਜਾਓ ਇਹ ਗੱਲ ਇਸ ਗੱਲ ਦਾ ਦਾਵਾ ਕਰ ਲੈਣਾ ਪੇ ਤੁਸੀਂ ਜਿਹੜਾ ਹੈ ਮੇਰੀ ਦਵਾਈ ਖਾਓ ਇਹੋ ਹੀ ਵਧੀਆ ਤੇ ਦੂਸਰੇ ਨਾਲ ਉਹ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਤੁਹਾਡੇ ਇੱਕ ਜਿਹੜਾ ਡੇਰੀ ਫਾਰਮ ਦਾ ਜਿਹੜਾ ਤੁਹਾਡਾ ਇੱਕ ਸੈਕਸ਼ਨ ਹੈ ਪਤੰਜਲੀ ਦਾ ਉਹਦੇ ਹੈਡ ਜਿਹੜੇ ਨੇ ਕਰੋਨਾ ਨਾਲ ਮਾਰੇ ਗਏ ਨੇ ਐਲੋਪੈਥੀ ਦਾ ਇਲਾਜ ਚੱਲਦਾ ਸੀ ਜੀ ਐਲੋਪੈਥੀ ਦਾ ਇਲਾਜ ਚੱਲਦਾ ਸੀ ਇਹ ਕੋਈ ਤੁਸੀਂ ਉਹਨੂੰ ਜੇ ਤੁਹਾਡੇ ਆਪਣੇ ਡੇਰੀ ਵਾਲੇ ਨੂੰ ਤੁਸੀਂ ਕਾਬੂ ਨਹੀਂ ਕਰਕੇ ਰੱਖ ਸਕੇ ਅਸੀਂ ਸਾਡੇ ਕੋਲ ਖੋਹ ਕੇ ਲੈ ਜਾਂਦੇ ਮਰੀਜ਼ ਬਿਲਕੁਲ ਤੁਸੀਂ ਸਰਕਾਰ ਨੂੰ ਪੁੱਛੋ ਉਹ ਸਰਕਾਰ ਦੇ ਖਿਲਾਫ ਵੀ ਗੱਲਾਂ ਕਰਦੇ ਕਰਦੇ ਬਾਬਾ ਜੀ ਇਸ ਵੇਲੇ ਥੋੜੇ ਜਿਹਾ ਫਸੇ ਹੋਏ ਨੇ ਜੇ ਤਕਨੀਕੀ ਤੌਰ ਤੇ ਉਹਨਾਂ ਨੇ ਕੋਈ ਸਵਾਲਾਂ ਜਵਾਬਾਂ ਦੇ ਵਿੱਚ ਪੰਗਾ ਲੈ ਲਿਆ ਕਿਸੇ ਵੱਡੀ ਦੇ ਨਾਲ ਤੇ ਬਾਬਾ ਜੀ ਨੂੰ ਜਵਾਬ ਨਹੀਂ ਮਿਲਣਗੇ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਤੇ ਆਈਐਮਐਨ ਨੇ ਤੇ ਹੁਣ ਮੋਦੀ ਨੂੰ ਚਿੱਠੀ ਲਿਖਤੀ ਆ ਵੀ ਇਹਦੇ ਤੇ ਦੇਸ਼ ਧਰੋਹ ਦਾ ਕੇਸ ਦਰਜ ਕਰੋ ਦੇਸ਼ ਧਰੋਹ ਦਾ ਕੇਸ ਵੀ ਆ ਤੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਜਿੰਨੀਆਂ ਗੱਲਾਂ ਕੀਤੀਆਂ ਨੇ ਹੁਣ ਤੱਕ ਕੈਲੋਪੈਥੀ ਦੇ ਖਿਲਾਫ 15 ਦਿਨਾਂ ਦੇ ਅੰਦਰ ਅੰਦਰ ਮਾਫੀ ਮੰਗੋ ਨਹੀਂ ਤੇ 1000 ਕਰੋੜ ਦਾ ਹਰਜਾਨੇ ਦਾ ਕੇਸ ਕਰਾਂਗੇ ਸੋ ਬਾਬਾ RAMਦੇਵ ਮੈਂ ਸਮਝਦਾ ਕਿ ਉਹ ਇਸ ਵੇਲੇ ਕਸੂਤੀ ਸਥਿਤੀ ਵਿੱਚ ਹਨ ਪਰ ਉਹਨਾਂ ਦੇ ਸਮਰਥਕ ਵੀ ਹੁਣ ਬੋਲ ਰਹੇ ਨੇ ਕੁਝ ਕੁਝ ਪਰ ਓਵਰਆਲ ਜਿਵੇਂ ਲੋਕ ਫਸੇ ਹੋਏ ਨੇ ਔਰ ਕਰੋਨਾ ਦੇ ਚੱਕਰ ਦੇ ਵਿੱਚ ਬਾਬਾ RAMਦੇਵ ਇਸ ਦੇ ਵਿੱਚ ਚੋਪੀ ਰਹਿੰਦੇ ਦਾ ਜ਼ਿਆਦਾ ਬਿਹਤਰ ਸੀ ਆਈਐਮ ਨੇ ਚੰਗਰ ਡੰਡਾ ਚੁੱਕਿਆ ਉਹ ਕਹਿੰਦੇ 15 ਦਿਨਾਂ ਦੇ ਵਿੱਚ ਵਿੱਚ ਕੋਰੋਨਿਲ ਦੀਆਂ ਜਿਹੜੀਆਂ ਮਸ਼ਹੂਰੀਆਂ ਕੀਤੀਆਂ ਉਹ ਵਿਸ਼ਤਿਆਰ ਬਾਜ਼ੀਆਂ ਜਿਹੜੀਆਂ ਆਪਣੀਆਂ ਹਟਾ ਦਿਓ ਬਿਲਕੁਲ ਜੀ ਹਮ ਕੁਲਦੀਪ ਜੀ ਗੱਲਬਾਤ ਦਾ ਦੌਰ ਇਸ ਤਰ੍ਹਾਂ ਜਾਰੀ ਰੱਖਾਂਗੇ ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਨਿੱਕੀ ਜਿਹੀ ਬ੍ਰੇਕ ਦਾ ਜਲਦ ਹਾਜ਼ਰ ਹੋਣਨੇ ਆ ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖਣ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਕੁਲਦੀਪ ਜੀ ਪਲਵਾਨ ਸੁਸ਼ੀਲ ਕੁਮਾਰ ਦੀ ਜੇਕਰ ਗੱਲ ਕਰੀਏ ਤੇ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਸਥਿਤੀ ਕਿੱਧਰ ਨੂੰ ਜਾ ਰਹੀ ਹੈ ਪਹਿਲਵਾਨ ਸੁਸ਼ੀਲ ਕੁਮਾਰ ਦੀ ਗੱਲ ਕਰਦੇ ਆ ਜੁਲੀ ਜੀ ਮੈਨੂੰ ਗੱਲ ਇੱਕ ਯਾਦ ਆ ਗਈ ਹੈ ਜੀ ਕੁਝ ਸਾਲ ਪਹਿਲਾਂ ਬਾਬਾ ਆਰامد ਦੇਵ ਦੀ ਇੱਕ ਵੀਡੀਓ ਆਈ ਸੀ ਅੱਛਾ ਜੀ ਜਿਸ ਦੇ ਵਿੱਚ ਅਖਾੜੇ ਦੇ ਵਿੱਚ ਇੱਕ ਪਹਿਲਵਾਨ ਦੇ ਨਾਲ ਝੁੱਲਦੇ ਹੋਏ ਨਜ਼ਰ ਆਉਂਦੇ ਨੇ ਅੱਛਾ ਤੇ ਉਹ ਵਿਚਾਰੇ ਨੂੰ ਚੁੱਕ ਚੁੱਕ ਕੇ ਮਾਰਦੇ ਨੇ ਪਹਿਲਵਾਨ ਨੂੰ ਆਰامد ਦੇਵ ਨੂੰ ਆਰامد ਦੇਵ ਉਹਨਾਂ ਨੂੰ ਚੁੱਕ ਚੁੱਕ ਕੇ ਮਾਰਦਾ ਜੀ ਅੱਛਾ ਉਹ ਬਹੁਤ ਮਤਲਬ ਇਹ ਦਿਖਾਇਆ ਗਿਆ ਕਿ ਬਾਬਾ ਆਰامد ਦੇਵ ਕਿੰਨੇ ਫਿੱਟ ਨੇ ਕਿ ਉਹ ਇੱਕ ਪਹਿਲਵਾਨ ਨੂੰ ਇਸ ਤਰ੍ਹਾਂ gekeੜੀਆਂ ਦੇ ਸਕਦੇ ਨੇ ਅੱਛਾ ਤੇ ਮੈਂ ਮੈਨੂੰ ਥੋੜਾ ਜਿਹਾ ਸ਼ੱਕ ਹੈ ਉਸ ਵੀਡੀਓ ਤੇ ਹੋਵੇ ਅਸਲੀ ਪਹਿਲਵਾਨ ਸਾਡੇ ਕਰਤਾਰ ਸਿੰਘ ਪਹਿਲਵਾਨ ਨੇ 골ਡ ਮੈਡਲਿਸਟ ਨੇ ਏਸ਼ੀਅਨ ਗੇਮਾਂ ਦੇ ਪੰਜਾਬ ਦਾ ਮਾਣ ਨੇ ਬੜੇ ਉਹਨਾਂ ਨੇ ਪੰਜਾਬ ਦੇ ਡਾਇਰੈਕਟਰ ਸਪੋਰਟਸ ਵੀ ਰਹਿ ਚੁੱਕੇ ਨੇ ਹੁਣ ਤੇ ਕਾਫੀ ਉਮਰ ਦਾਦ ਨੇ ਜੀ ਮੇਰਾ ਖਿਆਲ ਹੈ ਕਿ ਉਹ ਇੰਜ ਕਰਕੇ ਬਾਬਾ ਰਾਮਦੇਵ ਨੂੰ ਆਪਣੀ ਕੋਣੀ ਨਾਲ ਘੁੱਟ ਲੈਣਾ ਤੇ ਬਾਬਾ ਰਾਮਦੇਵ ਛੋਟ ਨਹੀਂ ਸਕਦਾ ਉਹ ਪਹਿਲਵਾਨ ਵਿਚਾਰਾ ਪੇਟ ਸੀ ਤੇ ਉਹ ਵੀਡੀਓ ਜਿਹੜੀ ਸੀ ਜਾਣ ਬੁਝ ਕੇ ਬਣਾਈ ਗਈ ਸੀ ਅੱਛਾ ਇਹ ਪਹਿਲਵਾਨਾਂ ਨੂੰ ਉਦੋਂ ਚਾਹੀਦਾ ਸੀ ਕਿ ਕਿਸੇ ਪਹਿਲਵਾਨ ਨਾਲ ਜਦੋਂ ਕਿਤੇ ਹੱਥ ਮਿਲਾਉ ਉਹ ਫਿਰ ਤੁਹਾਨੂੰ ਪਤਾ ਲੱਗਦਾ ਕਿ ਪਹਿਲਵਾਨ ਦੀ ਤਾਕਤ ਕੀ ਹੁੰਦੀ ਹੈ ਤੇ ਬਾਬਾ ਰਾਮ ਦੇ ਉਹਨੇ ਪਤਾ ਨਹੀਂ ਕਿਹਨੂੰ ਫੜ ਲਿਆਂਦਾ ਇਹ ਗੱਲ ਜਿਹੜੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਲੋਕਾਂ ਦੇ ਮਨਾਂ ਵਿੱਚ ਘਰ ਘਰ ਜਾਂਦੀਆਂ ਨੇ ਇਸ ਤਰ੍ਹਾਂ ਦੀਆਂ ਕਈ ਸਪੋਰਟਸ ਵੀ ਨੇ ਦੁਨੀਆ ਵਿੱਚ ਜੀ ਪਾਕਿਸਤਾਨ ਦੇ ਵਿੱਚ ਨੂਰਾ ਕੁਸ਼ਤੀ ਹੈ ਡਬਲਯੂ ਡਬਲਯੂ ਹੈ ਫਿਕਸਡ ਮੈਚਿੰਗ ਹੁੰਦੀ ਹੈ ਕਾਫੀ ਇਹਨਾਂ ਦੇ ਵਿੱਚ ਇਸ ਕਰਕੇ ਉਹਨਾਂ ਬਾਰੇ ਬਹੁਤਾ ਸੀਰੀਅਸਲੀ ਉਹਨਾਂ ਨਹੀਂ ਹੋਣਾ ਚਾਹੀਦਾ ਐਂਟਰਟੇਨਮੈਂਟ ਦਾ ਸੋਰਸ ਹੋ ਜਰੂਰ ਸੀ ਕਿ ਬਾਬਾ ਰਾਮ ਦੇ ਕਿਵੇਂ ਉਸ ਨੂੰ ਚੁੱਕ ਚੁੱਕ ਕੇ ਮਾਰ ਰਹੇ ਗੱਲ ਹੁਣ ਅਸਲੀ ਪੈਲਵਾਨ ਦੀ ਕਰਦੇ ਆ ਸੁਸ਼ੀਲ ਕੁਮਾਰ ਦੀ ਜਿੰਨਾ ਕੋ ਮੈਂ ਰੈਸਲਿੰਗ ਬਾਰੇ ਜਾਣਦਾ ਇੱਕ ਕੇੜੀ ਸਿੰਘ ਜਯਦਵ ਹੋਏ ਸਨ ਜੀ ਜਿਨ੍ਹਾਂ ਨੇ 올림픽 ਦੇ ਵਿੱਚ ਇੱਕ ਮੈਡਲ ਜਿੱਤਿਆ ਸੀ ਬ੍ਰੌਂਜ਼ ਮੈਡਲ ਕਦੇ ਹਮ 1950ਆਂ ਦੇ ਵਿੱਚ ਉਸ ਤੋਂ ਬਾਅਦ ਫਿਰ ਭਾਰਤ ਦਾ ਕਦੇ ਕੋਈ 올림픽 ਦੇ ਵਿੱਚ ਮੈਡਲ ਨਹੀਂ ਆਇਆ 골ਡ ਮੈਡਲ ਤਾਂ ਇੱਕ ਪਾਸੇ ਸਿਲਵਰ ਜਾਂ ਬ੍ਰੌਂਜ਼ ਵੀ ਨਹੀਂ ਆਏ ਸੁਸ਼ੀਲ ਕੁਮਾਰ ਨੇ ਫਿਰ ਵਨ ਲਾਇਆ ਪਹਿਲਾਂ ਬ੍ਰੌਂਜ਼ ਜਿੱਤਿਆ ਤੇ ਫਿਰ ਜਿੱਤਿਆ ਅਗਲੀਆਂ 올림픽 ਦੇ ਵਿੱਚ ਜਿਹੜਾ ਸੀ ਉਹ ਸਿਲਵਰ ਮੈਡਲ ਜਿੱਤਿਆ। ਜੀ। ਜ਼ਾਹਿਰਾ ਤੌਰ ਤੇ ਇਹ ਇਸ ਸਟਾਈਲ ਦੀ ਰੈਸਲਿੰਗ ਦੇ ਵਿੱਚ ਭਾਰਤ ਦਾ ਨਾਂ ਚਮਕਾਉਣ ਵਾਲੇ ਇੰਨੇ ਵੱਡੇ ਰੈਸਲਰ ਪਹਿਲੇ ਔਰ ਮਹਾਨ ਰੈਸਲਰ ਉਹਨਾਂ ਨੂੰ ਕਿਹਾ ਜਾ ਸਕਦਾ। ਜੀ। ਹੁਣ ਇੰਨੀ ਵੱਡੀ ਫੇਮ ਕਾਮਨਵੈਲਥ ਦੇ ਵਿੱਚ ਕਿੰਨੇ 골 ਜਿੱਤੇ, ਏਸ਼ੀਅਨ ਦੇ ਵਿੱਚ ਉਹ ਜਿੱਤੇ, ਕੁਆਲੀਫਾਈ ਕਰਦੇ ਰਹੇ ਨੇ। ਜੀ। ਵੈਜੀਟੇਰੀਅਨ ਦੱਸੇ ਜਾਂਦੇ ਨੇ। ਹਮਮ ਸਾਰੀਆਂ ਗੱਲਾਂ ਨੇ। ਬਹੁਤ ਸ਼ਰੀਫ ਔਰ ਬਹੁਤ ਨੇਕ ਦਿਲ ਇਨਸਾਨ ਬਜੋ ਉਹਨਾਂ ਦੀ ਸ਼ਬੀ ਜਿਹੜੀ ਸੀ ਇੱਕ ਡਵੈਲਪ ਹੋਈ ਸੀ। ਹਮਮ ਹਮਮ ਹੁਣ ਮੈਂ ਇੱਥੇ ਇਹ ਨਹੀਂ ਕਹਿ ਰਿਹਾ ਜੋ ਮੈਂ ਅਗਲੇ ਕਿ ਸਾਰਾ ਕੁਝ ਸੱਚ ਹੈ ਪਰ ਕੋ ਜੋ ਜੋ ਰਿਪੋਰਟਰਾਂ ਆ ਰਹੀਆਂ ਨੇ ਉਹ ਦਰਸ਼ਕਾਂ ਨਾਲ ਸਾਂਝੀਆਂ ਕਰਦੇ ਆ ਜਿੰਨੀ ਦੇਰ ਤੱਕ ਅਦਾਲਤ ਦੇ ਵਿੱਚ ਉਹਨਾਂ ਤੇ ਦੋਸ਼ ਸਾਬਤ ਨਹੀਂ ਹੋ ਜਾਂਦੇ ਉਨੀ ਦੇਰ ਤੱਕ ਉਹ ਬੇਕਸੂਰ ਨੇ ਬਿਲਕੁਲ ਹੁਣ ਸੁਸ਼ੀਲ ਕੁਮਾਰ ਨੇ ਇੰਨੀ ਵੱਡੀ ਫੇਮ ਹਾਸਲ ਕੀਤੀ ਤੇ ਉਹਨਾਂ ਨੂੰ ਸਰਕਾਰ ਨੇ ਸਟੇਡੀਅਮ ਬਣਾਉਣ ਲਈ ਜਗ੍ਹਾ ਵੀ ਦਿੱਤੀ ਹੋਰ ਕਿ ਸਪੋਰਟਸ ਅਕੈਡਮੀ ਬਣਾਉਣ ਲਈ ਵੀ ਜਗ੍ਹਾ ਦਿੱਤੀ ਭੁਪਿੰਦਰ ਸਿੰਘ ਹੁੱਡਾ ਨੇ ਹਰਿਆਣੇ ਦੇ ਹਰਿਆਣੇ ਦੇ ਵਿੱਚ ਸੁਸ਼ੀਲ ਕੁਮਾਰ ਤੋਂ ਬਾਅਦ ਅਖਾੜਿਆਂ ਦਾ ਰਵਾਜ ਪਹਿਲਾਂ ਵੀ ਸੀ ਪਰ ਬਹੁਤ ਜ਼ਿਆਦਾ ਚੱਲ ਪਿਆ ਤੇ ਹਰਿਆਣੇ ਦਾ ਨਾਮ ਜਿਹੜਾ ਸੀ ਰੈਸਲਿੰਗ ਦੇ ਵਿੱਚ ਚਮਕਿਆ ਹੋਰ ਵੀ ਕਈ ਰੈਸਲਰ ਸਾਹਮਣੇ ਆਏ ਹਰਿਆਣੇ ਦੇ ਵਿੱਚੋਂ ਹੁਣ ਇੱਕ ਜਾਦਵ ਨਰਸਿੰਘ ਜਾਦਵ ਜਿਸ ਕੈਟਾਗਰੀ ਦੇ ਵਿੱਚ ਸੁਸ਼ੀਲ ਕੁਮਾਰ ਰੈਸਲ ਕਰਦੇ ਸੀ ਉਸੇ ਕੈਟਾਗਰੀ ਦੇ ਵਿੱਚ ਉਹ ਸਨ ਤੇ ਉਹ ਕੁਆਲੀਫਾਈ ਕਰ ਗਿਆ ਸੀ 올림픽 ਵਾਸਤੇ ਤੇ ਸੁਸ਼ੀਲ ਕੁਮਾਰ ਕਰਨੀ ਸੀ ਰਹੇ ਉਹਨਾਂ ਤੇ ਉਹਨਾਂ ਤੇ ਇਸਨੇ ਇੱਕ ਹੋਰ ਟ్రਾਇਲ ਕਰਨ ਦੀ ਜਿਹੜੀ ਗੱਲ ਸ਼੍ਰੀ ਆ ਉਹ ਸਪੋਰਟਸ ਅਥਾਰਟੀ ਆਫ ਇੰਡੀਆ ਕੋ ਯਾ ਰੈਸਲਿੰਗ ਫੈਡਰੇਸ਼ਨ ਕੋਲ ਅਰਜ਼ੀ ਪਾਈ ਸੁਸ਼ੀਲ ਕੁਮਾਰ ਨੇ ਕਈ ਸਾਲ ਪਹਿਲਾਂ ਕਿ ਉਹ ਜਿਹੜੀ ਅਰਜ਼ੀ ਪਾਈ ਜਾਵੇ ਕਿ ਤਾਂ ਕਿ ਦੁਬਾਰਾ ਟ్రਾਇਲ ਜਿਹੜੇ ਨੇ ਕੀਤੇ ਜਾਣ ਉਸ ਨੂੰ ਨਾਮਜ਼ੂਰ ਕਰ ਦਿੱਤਾ ਗਿਆ ਫਿਰ ਕੋਰਟ ਦੇ ਵਿੱਚ ਪਟੀਸ਼ਨ ਪਾ ਦਿੱਤੀ ਸੁਸ਼ੀਲ ਕੁਮਾਰ ਨੇ ਕੋਰਟ ਨੇ ਵੀ ਨਾਮਜ਼ੂਰ ਕਰ ਦਿੱਤੀ ਤੇ ਜਦੋਂ ਆਖਰੀ ਟ్రਾਇਲ ਉਹਦੇ ਜਾਂ ਟ్రਾਇਲ ਜਾਂ ਤਿਆਰੀ ਜਾਂ ਕੁਝ ਵੀ ਹੋਣਾ ਸੀ ਡੋਪ ਟੈਸਟ ਦੇ ਵਿੱਚ ਨਰਸਿੰਗ ਯਾਦਵ ਜਿਹੜਾ ਜਿਸ ਦੇ ਨਾਲ ਸੁਸ਼ੀਲ ਕੁਮਾਰ ਦਾ ਜ਼ਿਆਦਾ ਮੁਕਾਬਲਾ ਸੀ ਜੋ ਕੁਆਲੀਫਾਈ ਕਰ ਚੁੱਕਾ ਸੀ ਤੇ ਸੁਸ਼ੀਲ ਕੁਮਾਰ ਨੇ ਨਹੀਂ ਕੀਤਾ ਸੀ ਉਸ ਦੀ ਡੋਪ ਟੈਸਟ ਦੀ ਰਿਪੋਰਟ ਜਿਹੜੀ ਹੈ ਪੋਜ਼ਿਟਿਵ ਆ ਜਾਂਦੀ ਹੈ ਉਸ ਨੇ ਬਹੁਤ ਰੌਲਾ ਪਾਇਆ ਕਿ ਮੇਰੇ ਖਾਣੇ ਦੇ ਵਿੱਚ ਮਿਲਾ ਕੇ ਕੁਝ ਅਜਿਹੇ ਵਿਅਕਤੀ ਨੇ ਦਿੱਤਾ ਜੋ ਨਹੀਂ ਸੀ ਚਾਹੁੰਦੇ ਕਿ ਮੈਂ 올림픽 ਦੇ ਵਿੱਚ ਜਾਵਾਂ ਸ਼ੱਕ ਦੀ ਸੂਈ ਜਿਹੜੀ ਆ ਉਹ ਸੁਸ਼ੀਲ ਕੁਮਾਰ ਤੇ ਜਾਂਦੀ ਸੀ ਹਾਲਾਂਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਨਾ ਬਾਅਦ ਦੇ ਵਿੱਚ ਕੋਈ ਕੇਸ ਹੀ ਅੱਗੇ ਵਧਿਆ ਜੀ ਉਹ ਵੀ ਕੇਸ ਹੋਇਆ ਉਸ ਤੋਂ ਬਾਅਦ ਵੀ ਇਹਨਾਂ ਦੇ ਇੱਕ ਬਹੁਤ ਯਗੇਸ਼ਵਰ ਦੇ ਨਾਲ ਜਿਹੜਾ ਇਹਨਾਂ ਦਾ ਬਹੁਤ ক্লোਜ਼ ਫਰੈਂਡ ਸੀ ਤੇ ਉਸੇ ਅਖਾੜੇ ਦੇ ਵਿੱਚੋਂ ਕੁਸ਼ਤੀਆ ਕਰਦਾ ਸੀ ਤੇ ਉਸ ਨੇ ਵੀ ਕਈ ਅੰਤਰਰਾਸ਼ਟਰੀ ਮੈਡਲ ਜਿੱਤੇ ਹੋਏ ਨੇ ਹੂੰ ਹੂੰ ਉਸ ਤੇ ਵੀ ਉਸ ਉਸ ਦੇ ਨਾਲ ਵੀ ਖੇਬਾਜੀ ਹੋਈ ਜੀ ਤੇ ਉਹ ਵੀ ਇਹਨਾਂ ਨਾਲ ਬੋਲਣ ਤੋਂ ਚਿਰਨੋਂ ਹਟ ਗਿਆ 76 ਸਾਲ ਸਟੇਡੀਅਮ ਦੇ ਵਿੱਚ ਗੁਰੂ ਹਨੂਮਾਨ ਦਾ ਅਖਾੜਾ ਸੀ ਜੋ ਗੁਰੂ ਹਨੂਮਾਨ ਦਾ ਖੜਾ ਸੀ ਪਹਿਲਾਂ ਹੁਣ ਸਤਪਾਲ ਜਿਹੜੇ ਨੇ ਸਤਪਾਲ ਵੀ ਏਸ਼ੀਅਨ 골ਡ ਮ ਉਹਨਾਂ ਦਾ ਅਖਾੜਾ ਹੈ ਤੇ ਉਸ ਅਖਾੜੇ ਨੂੰ ਚਲਾਉਂਦੇ ਇਸ ਵੇਲੇ ਸੁਸ਼ੀਲ ਕੁਮਾਰ ਨੇ ਭਾਵੇਂ ਸਤਪਾਲ ਵੀ ਜੀ ਵੀ ਕਾਇਮ ਨੇ ਵਧੀਆ ਨੇ ਪਰ ਸ਼ੀਲ ਕੁਮਾਰ ਦਾ ਹੁਕਮ ਹੀ ਚੱਲਦਾ ਸੀ ਛਤਰਸਾਲ ਸਟੇਡੀਅਮ ਦੇ ਵਿੱਚ ਉਸ ਅਖਾੜੇ ਤੇ ਤੇ ਕਿਉਂਕਿ ਇਹ ਸਤਪਾਲ ਜੀ ਦੀ ਲੜਕੀ ਵੀ ਇਹਨਾਂ ਨੂੰ ਸੁਸ਼ੀਲ ਕੁਮਾਰ ਨੂੰ ਵਿਆਹੀ ਹੋਈ ਹੈ ਹੁਣ ਇਸ ਦਾ ਵਿਅਕਤੀ ਦਾ ਸੁਸ਼ੀਲ ਕੁਮਾਰ ਦਾ ਪ੍ਰਭਾਵ ਦੱਸਿਆ ਜਾਂਦਾ ਕਿ ਇੰਨਾ ਵੱਧ ਗਿਆ ਕਿ ਸਰਕਾਰਾਂ ਦੇ ਵੀ ক্লোਜ਼ ਤੇ ਕਈ ਦਿਨ ਪਹਿਲਾਂ ਕੁਝ ਮਹੀਨੇ ਪਹਿਲਾਂ ਇੱਕ ਰਿਪੋਰਟ ਆਈ ਸੀ ਕਿ ਦਿੱਲੀ ਦੇ ਵਿੱਚ ਆਮ ਤੌਰ ਤੇ ਵੱਡੀਆਂ-ਵੱਡੀਆਂ ਫਾਈਨਾਂਸ ਕੰਪਨੀਆਂ ਤੇ ਵੱਡੇ-ਵੱਡੇ ਪ੍ਰਾਪਰਟੀ ਡੀਲਰ ਜਿਹੜੇ ਹਨ ਉਹ ਪਹਿਲਵਾਨਾਂ ਨੂੰ ਆਪਣੇ ਨਾਲ ਰੱਖਦੇ ਨੇ ਤੇ ਉਹਨਾਂ ਦੀ ਇੱਕ ਟੀਮ ਰੱਖਦੇ ਨੇ ਤਾਂ ਕਿ ਲੋਕਾਂ ਤੋਂ ਪੈਸੇ ਉਗਰਾਏ ਜਾ ਸਕਣ ਜਾਂ ਮਕਾਨ ਖਾਲੀ ਜਾਂ ਪ੍ਰਾਪਰਟੀਆਂ ਖਾਲੀ ਕਰਵਾਈਆਂ ਜਾ ਸਕਣ ਇਸ ਤਰ੍ਹਾਂ ਹੁਣ ਸੁਸ਼ੀਲ ਕੁਮਾਰ ਤੇ ਵੀ ਦੋਸ਼ ਲੱਗਦਾ ਹੈ ਕਿ ਦਿੱਲੀ ਦੇ ਆਸ-ਪਾਸ ਦੇ ਟੋਲ ਪਲਾਜਾਂ ਦਾ ਕਾਰੋਬਾਰ ਤੇ ਉਹਨਾਂ ਦੀ ਨਿਗਰਾਨੀ ਜਿਹੜੀ ਸੀ ਸੁਸ਼ੀਲ ਕੁਮਾਰ ਦੇ ਬੰਦੇ ਕਰਦੇ ਸਨ ਸੁਸ਼ੀਲ ਕੁਮਾਰ ਦੇ ਨਾਲ ਆਮ ਤੌਰ ਤੇ 15-16 ਵਿਅਕਤੀਆਂ ਦਾ ਇੱਕ ਵੱਡਾ ਟੋਲਾ ਜਿਸ ਦੇ ਵਿੱਚ ਵੱਡੇ-ਵੱਡੇ ਪਹਿਲਵਾਨ ਜਿਨ੍ਹਾਂ ਦੇ ਡੌਲਿਆਂ ਤੇ ਟੈਟੂ ਬਣੇ ਹੋਏ ਤੇ ਹੋਰ ਇਸ ਤਰ੍ਹਾਂ ਦੀ ਦਿੱਖ ਜਿਹੜੀ ਸੀ ਉਹਨਾਂ ਦੀ ਬਣਾਈ ਹੋਈ ਕਿ ਬੜੇ ਦੇਖਣ ਨੂੰ ਸਟਰੌਂਗ ਲੱਗਦੇ ਸਨ ਤੇ ਉਹਨਾਂ ਕੋਲ ਵੈਪਨ ਤੇ ਬੜੀਆਂ-ਬੜੀਆਂ ਗੱਡੀਆਂ ਇਹੋ ਜਿਹਾ ਟੋਲਾ ਜਿਹੜਾ ਸੀ ਸੁਜੀਲ ਕੁਮਾਰ ਦੇ ਨਾਲ ਆਮ ਤੌਰ ਤੇ ਤੁਰਦਾ ਸੀ ਹੁਣ 76 ਸਾਲ ਸਟੇਡੀਅਮ ਦੇ ਵਿੱਚ ਲੜਾਈ ਹੋਈ ਹੈ ਲੜਾਈ ਦੇ ਵਿੱਚ ਇੱਕ ਵਿਅਕਤੀ ਜ਼ਖਮੀ ਹੋਇਆ ਦੂਜਾ ਜੋ ਜ਼ਖਮੀ ਹੋਇਆ ਸੀ ਤੇ ਇੱਕ ਦਿਨ ਬਾਅਦ ਵਿੱਚ ਮੌਤ ਹੋ ਗਈ ਉਸ ਕੇਸ ਦੇ ਵਿੱਚ ਉਹ ਸਾਰੀ ਲੜਾਈ ਜਿਹੜੀ ਆ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਿਵੇਂ ਗੁੱਟਬੰਦੀ ਉੱਥੇ ਜਿਹੜੀ ਹੈ ਉਹ ਚਲਦੀ ਸੀ ਤੇ ਉਸ ਤੋਂ ਬਾਅਦ ਸੁਜੀਲ ਕੁਮਾਰ ਜਿਹੜਾ ਹੈ ਉਸ ਕੇਸ ਦੇ ਵਿੱਚ ਹੁਣ ਉਸ ਨੂੰ ਫੜਿਆ ਗਿਆ ਕਈ ਦਿਨ ਦੀ ਭਜਨਸ ਤੋਂ ਬਾਅਦ ਉਸ ਦੀ ਜਦੋਂ ਜਿਹੜੀ ਅਗਾਊਂ ਜ਼ਮਾਨਤ ਦੀ ਅਰਜ਼ੀ ਜਿਹੜੀ ਸੀ ਉਹ ਨਾਮਨਜ਼ੂਰ ਹੋ ਗਈ ਤੇ ਫਿਰ ਸੁਜੀਲ ਕੁਮ ਤੇ ਕੇਸ ਚਲੇਗਾ اور ਇਹ ਮੈਂ ਸਮਝਦਾ ਕਿ ਇੱਕ ਮਹਾਨ ਵਿਅਕਤੀ ਜੀ ਉਹ ਇਸ ਕੇਸ ਦੇ ਵਿੱਚੋਂ ਰੱਬ ਨਾ ਕਰੇ ਜੇ ਦੋਸ਼ੀ ਨਿਕਲ ਆਉਂਦਾ ਤੇ ਬਹੁਤ ਬਦਨਾਮੀ ਵਾਲੀ ਗੱਲ ਹੋਵੇ ਜੀ ਹੁਣ ਰੋਕ ਕਰਦੇ ਆ ਪੰਜਾਬ ਦੀ ਕਾਂਗਰਸ ਵੱਲ ਪੰਜਾਬ ਕਾਂਗਰਸ ਚ ਅਜੇ ਵੀ ਖਾਨਾ ਜੰਗੀ ਉਦਾਂ ਹੀ ਚੱਲਣ ਦੀ ਕੁਲਦੀਪ ਜੀ ਜਾਂ ਥੋੜੇ ਜਿ ਠੰਡੇ ਪੈ ਗਏ ਮੈਂ ਕਹਿੰਦਾ ਸੁਬਲਿੰਨ ਜੀ ਬਹੁਤੀ ਗੱਲ ਨਾ ਕਰੀਏ ਇਹਨਾਂ ਦੀ ਕਿ ਕਰ ਲਈਏ ਥੋੜੀ ਜੀ ਨਹੀਂ ਥੋੜੀ ਜੀ ਕਰ ਲਈਏ ਥੋੜੀ ਜੀ ਇਹ ਹੈ ਕਿ ਨਵਜੋਤ ਸਿੱਧੂ ਜਿਹੜੇ ਸੀ ਉਹ ਮੋੜ ਬੜੀ ਛੇਤੀ ਕੱਟਦੇ ਨੇ ਓਕੇ ਵਰੀ ਜਾ ਰਹੇ ਪਹਾੜਾਂ ਨੂੰ ਹੁੰਦੇ ਨੇ ਉਚਾਈ ਤੇ ਫੇਰ ਉਹ ਪਤਾ ਨਹੀਂ ਕਿਹੜੀ ਖੱਡ ਦੇਖ ਲੈਂਦੇ ਨੇ ਤੇ ਉਧਰੋਂ ਗੱਡੀ ਮੋੜ ਲੈਂਦੇ ਨੇ ਹੁਣ ਉਹਨਾਂ ਨੇ ਥੋੜੇ ਦਿਨ ਤੇ ਬਿਆਦਬੀ ਦਾ ਬਹੁਤ ਰੌਲਾ ਪਾਇਆ ਚਨਜੀਤ ਚੰਨੀ ਨੇ ਆਪਣਾ ਠੰਡੋਰਾ ਪਟਿਆ ਪ੍ਰਤਾਪ ਸਿੰਘ ਬਾਜਵਾ ਨੇ ਆਪਣੀਆਂ ਗੱਲਾਂ ਕੀਤੀਆਂ ਕੈਪਟਨ ਦੇ ਖਿਮੇ ਵਾਲੇ ਵੀ ਬੋਲੇ ਫਿਰ ਹਾਈ ਕਮਾਂਡ ਦੀ ਨੀਂਦ ਖੁੱਲੀ ਜੀ ਮਾੜੀ ਮੋਟੀ ਨੀਂਦ ਭੁੱਲੀ ਜਿਵੇਂ ਕੋਈ ਬਾਰ-ਬਾਰ ਕੋਈ ਕਿਸੇ ਦੇ ਚੋਬਾਂ ਲਾਉਂਦਾ ਹੈ ਇਸ ਤਰ੍ਹਾਂ ਨੀਂਦ ਖੁੱਲੀ ਕੋ ਖਾਸ ਨਹੀਂ ਖੁੱਲੀ ਉਹਨਾਂ ਨੇ ਅੰਦਰ ਖਾਤੇ 'ਚ ਜੇ ਗੱਲ ਕੀਤੀ ਕਿ ਭਾਈ ਅਸੀਂ ਸਾਰੀ ਸਿਚੁਏਸ਼ਨ ਦੇਖ ਰਹੇ ਆਂ ਸਾਨੂੰ ਥੋੜਾ ਜਿਹਾ ਟਾਈਮ ਦੇ ਦਿਓ ਅਸੀਂ ਦੁਬਾਰਾ ਗੱਲਬਾਤ ਕਰਾਂਗੇ ਹਾਲ ਦੀ ਘੜੇ ਸਾਰੀਆਂ ਧਿਰਾਂ ਚੁੱਪ ਨੇ ਪ੍ਰਗਟ ਸਿੰਘ ਨੇ ਵੀ ਮੁਹਾਜ ਖੁੱਲਿਆ ਹੋਇਆ ਸੀ ਔਰ ਪ੍ਰਤਾਪ ਸਿੰਘ ਬਾਜਵਾ ਨੇ ਚੰਜੀ ਸਿੰਘ ਚੰਨੀ ਨੇ ਨਵਜੋਤ ਸਿੱਧੂ ਨੇ ਇਹ ਸਾਰੇ ਹਾਲ ਦੀ ਘੜੀ ਜਿਹੜੇ ਨੇ ਚੁੱਪ ਕਰਕੇ ਬੈ ਗਏ ਨੇ ਜਿਆਦਾ ਟਵੀਟਿੰਗ ਜਿਹੜੀ ਆ ਉਹ ਨਹੀਂ ਹੋ ਰਹੀ ਸਿੱਧੂ ਕਿਤੇ ਇਹ ਪਵਾੜਾ ਸਕ੍ਰਿਪਟਡ ਤੇ ਨਹੀਂ ਸੀ ਨੇ ਲੱਗਦਾ ਨਹੀਂ ਇੰਨਾ ਸਕ੍ਰਿਪਟਡ ਇੰਨਾ ਜ਼ਿਆਦਾ ਰਿਸਕ ਨਹੀਂ ਲੈ ਸਕਦੇ ਪਰ ਪੰਜਾਬ ਦੇ ਵਿੱਚ ਲੀਡਰਸ਼ਿਪ ਕਰਾਈਸਿਸ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲੀ ਵਾਰੀ ਇਸ ਤਰ੍ਹਾਂ ਦੀ ਚੁਣੌਤੀ ਜਿਹੜੀ ਹੈ ਉਹਨਾਂ ਦੀ ਲੀਡਰਸ਼ਿਪ ਨੂੰ ਮਿਲ ਰਹੀ ਹੈ ਇਹ ਵੀ ਕੰਸੂਆ ਆਈਆਂ ਕਿ ਸੁਖਪਾਲ ਸਿੰਘ ਖੈਰਾ ਸ਼ਾਇਦ ਕਾਂਗਰਸ ਵਿੱਚ ਦੁਬਾਰਾ ਵਾਪਸ ਆ ਸਕਦੇ ਨੇ ਪਰ ਉਹਨਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਹੋ ਜੀ ਕੋਈ ਗੱਲ ਨਹੀਂ ਪਰ ਕਾਂਗਰਸੀ ਲੀਡਰਾਂ ਨੇ ਕੁਝ ਨੇ ਗੱਲ ਮੰਨੀ ਹੈ ਕਿ ਸਾਡੀਆਂ ਮੀਟਿੰਗਾਂ ਦੇ ਵਿੱਚ ਸੁਖਪਾਲ ਸਿੰਘ ਖੈਰਾ ਦਾ ਨਾਮ ਜਿਹੜਾ ਹੈ ਉਹ ਲਿਆ ਗਿਆ ਹੋ ਸਕਦਾ ਹੈ ਕੋਈ ਇਹੋ ਜੀ ਗੱਲ ਹੋਵੇ ਪਰ ਹਾਲ ਦੀ ਘੜੀ ਥੋੜਾ ਠਹਿਰਾਅ ਹੈ ਹਾਈ ਕਮਾਂਡ ਦੇ ਇਸ਼ ਇਹ ਵੀ ਗੱਲ ਆਈ ਸੀ ਕਿ ਰਾਹੁਲ ਨੇ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਇਸ ਕਲੇਸ਼ ਨੂੰ ਖਤਮ ਕਰਨ ਲਈ ਹੋ ਸਕਦਾ ਜੀ ਰਾਹੁਲ ਨੇ ਉੱਥੇ ਬੈਠਿਆ ਰਿਮੋਟ ਕੰਟਰੋਲ ਦੇ ਨਾਲ ਕੋ ਕਮੇਟੀ ਬਣਾ ਦਿੱਤੀ ਹੋਵੇ ਕਿਉਂਕਿ ਉਹ ਵਿਚ ਵੜ ਕੇ ਤੇ ਕੁਝ ਕਰਨ ਦੇ ਆਦੀ ਹਨ ਨਹੀਂ ਤੇ ਸਮੱਸਿਆਵਾਂ ਤਾਂ ਉਹਨਾਂ ਦੇ ਸਿਰ ਤੇ ਬਹੁਤ ਨੇ ਕੱਲੀਆਂ ਇੱਥੇ ਹੀ ਨਹੀਂ ਮੱਧ ਪ੍ਰਦੇਸ਼ ਦੇ ਵਿੱਚ ਖਾਮਿਆਜ਼ਾ ਉਹ ਲੀਡਰਸ਼ਿਪ ਦੀ ਚੈਲੰਜ ਦਾ ਭੁਗਤ ਚੁੱਕੇ ਨੇ ਉਥੇ ਜਿਹੜਾ ਸੀ ਕਮਲਨਾਥ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ ਤੇ ਕਮਲਨਾਥ ਦੇ ਉੱਪਰ ਜਿਹੜਾ ਸੀ ਉਹ ਸਿੰਧਿਆ ਫੈਮਿਲੀ ਜਿਹੜੀ ਸੀ ਬੈਠ ਗਈ ਜੋਤੀਨਾ ਦੇ ਦਿੱਤੇ ਅਨਰਾਜ਼ ਹੋ ਕੇ ਬੀਜੇਪੀ ਚਲੇਗਾ ਤੇ ਸਰਕਾਰ ਖਤਮ ਹੋ ਗਈ ਤੇ ਬੀਜੇਪੀ ਜਿਹੜੇ ਸੀ ਸ਼ਿਵਰਾਜ ਸਿੰਘ ਚੋਹਾਨ ਫੇ ਮੁੱਖ ਮੰਤਰੀ ਬਣ ਗਏ ਰਾਜਸਥਾਨ ਦੇ ਵਿੱਚ ਅਸ਼ੋਕ ਹਲੋਟ ਹਨ ਤੇ ਉਹਨਾਂ ਨੂੰ ਸਚਨ ਪਾਇਲਟ ਜਿਹੜੇ ਹਨ ਬਹੁਤ ਤਕੜਾ ਮੁਕਾਬਲਾ ਦੇ ਰਹੇ ਤੇ ਰੋਜ਼ ਖਹਿ ਬਾਜੀ ਉੱਥੇ ਚੱਲ ਰਹੀ ਹੈ ਉਹਨਾਂ ਉਹਨਾਂ ਦੀ ਜਿਹੜੀ ਹੈ ਉਹ ਵੀ ਝੰਗ ਆਗੂ ਨੇ ਬਿਲਕੁਲ ਜਿੱਥੇ ਇਹ ਜੜੀਆਂ ਸਰਕਾਰਾਂ ਇਹਨਾਂ ਦੀ ਲਾਗੂ ਲਾਗੇ ਸੂਬਿਆਂ ਵਿੱਚ ਹਨ ਇੱਥੇ ਖਾਪ ਪੇਸ ਵੱਲੇ ਪਈ ਹੋਈ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਇਹ ਸਕ੍ਰਿਪਟਡ ਮਾੜਾ ਮੂਟਾ ਤੇ ਹੋ ਸਕਦਾ ਪਰ ਇਸ ਦਾ ਕੁਝ ਨਾ ਕੁ ਰਿਜ਼ਲਟ ਜ਼ਰੂਰ ਨਿਕਲੇਗਾ ਜੀ ਕੁਲਦੀਪ ਜੀ ਵਿਦੇਸ਼ ਵਿੱਚ ਫੜਿਆ ਗਿਆ ਜਿਹੜਾ ਮੇਹੂਲ ਚੌਕਸੀ ਆ ਉਹਦੀ ਕੀ ਕਹਾਣੀ ਆ ਮੇਹੂਲ ਚੌਕਸੀ ਤੁਸੀਂ ਨਿਰਮੋਦੀ ਦਾ ਨਾਮ ਸੁਣਿਆ ਜੀ ਨਿਰਮੋਦੀ ਮਾਮਾ ਇਹ ਮਾਮਾ ਤੇ ਨਿਰਮੋਦੀ ਇਸ ਦਾ ਭਾਂਜਾ ਹੈ ਅੱਛਾ ਇਹ ਦੋਵੇਂ ਗੁਜਰਾਤੀ ਮੂਲ ਦੇ ਨੇ ਔਰ ਹੀਰਿਆਂ ਦੇ ਵਪਾਰੀ ਨੇ ਅੱਛਾ ਕਮ ਹੀ ਰਿਆਂਦਾ ਤੇ ਪਤਾ ਨਹੀਂ ਉਸ ਦੇ ਵਿੱਚ ਕੋਲਿਆਂ ਦੀ ਦਲਾਲੀ ਕਿੱਥੋਂ ਆ ਗਈ ਕਮ ਚੋਰਾਂ ਵਾਲਾ ਔਰ ਪੰਜਾਬ ਨੈਸ਼ਨਲ ਬੈਂਕ ਨਾਲ ਵੱਡੇ ਫਰਾਡਾਂ ਦੀ ਗੱਲ ਹੈ ਪੰਜਾਬ ਨੈਸ਼ਨਲ ਬੈਂਕ ਜਿਹੜੀ ਇੰਡੀਆ ਦੀ ਸੈਕੰਡ ਲਾਰਜੈਸਟ ਬੈਂਕ ਹੈ ਔਰ ਪੰਜਾਬ ਦਾ ਨਾਮ ਹੈ ਮਾਣ ਵਾਲੀ ਗੱਲ ਹੈ ਔਰ ਸਾਰੇ ਭਾਰਤ ਵਿੱਚ ਬ੍ਰਾਂਚਾਂ ਨੇ ਔਰ ਬੜੀ ਵਧੀਆ ਚੱਲ ਰਹੀ ਬੈਂਕ ਸੀ ਔਰ ਉਸ ਨੂੰ ਲੱਖਾਂ ਕਰੋੜਾਂ ਦਾ ਜਿਹੜਾ ਸੀ ਚੂਨਾ ਜਿਹੜਾ ਸੀ ਉਹ ਲਾਇਆ ਗਿਆ ਇਹਨਾਂ ਦੀਆਂ ਸੰਸਥਾਵਾਂ ਵੱਲੋਂ ਉਹ ਕਿਵੇਂ ਲਾਇਆ ਗਿਆ ਤਕਨੀਕੀ ਗੱਲਾਂ ਨੇ ਪਰ ਥੋੜਾ ਜਿਆਦਾ ਦੱਸ ਦੇਵਾਂ ਦਰਸ਼ਕਾਂ ਨੂੰ ਕਿ ਆਮ ਤੌਰ ਤੇ ਮੈਨਿਪੂਲੇਟ ਕੀਤਾ ਜਾਂਦਾ ਮਾਰਕੀਟ ਨੂੰ ਤੇ ਅਣਅਧਿਕਾਰਤ ਲੋਨ ਵਗੈਰਾ ਤੇ ਹੋਰ ਚੀਜ਼ਾਂ ਦੇ ਫੰਡਸ ਜਿਹੜੇ ਨੇ ਦੁਰਦਰ ਕਿਤੇ ਜਾਂਦੇ ਨੇ ਬੈਂਕ ਦੇ ਵੱਡੇ ਅਧਿਕਾਰੀਆਂ ਦੇ ਨਾਮ ਵੀ ਆਏ ਉਸੇ ਕੇਸ ਦੇ ਵਿੱਚ ਇਸ ਦੀ ਇਹ ਹੁਣ ਤੱਕ ਫਰਾਰ ਸੀ ਤੇ ਵੈਸਟ ਇੰਡੀਜ਼ ਦੇ ਜੋ ਛੋਟੇ ਛੋਟੇ ਟਾਪੂ ਨੇ ਉਹਨਾਂ ਦੇ ਵਿੱਚ ਕਿਹ ਜਗ੍ਹਾ ਤੇ ਲੁਕਿਆ ਹੋਇਆ ਸੀ ਕਦੇ ਐਂਟੀਗਾ ਜਾਂ ਕਦੀ ਕਿਤੇ ਬਰਬਡੋਸ ਕੈਰੀਬੀਅਨ 'ਚ ਉੱਥੇ ਹੀ ਰਹਿੰਦਾ ਸੀ ਤੇ ਹੁਣ ਡੋਮਨਿਕਾ ਦੇ ਵਿੱਚ ਇਹ ਬਾਰਡਰ ਦੇ ਉੱਪਰ ਫੜਿਆ ਗਿਆ ਦੱਸਿਆ ਜਾਂਦਾ ਹੈ ਕਿ ਕਿਊਬਾ ਨੂੰ ਭੱਜਣ ਦੀ ਕੋਸ਼ਿਸ਼ ਦੇ ਵਿੱਚ ਇਹ ਫੜਿਆ ਗਿਆ ਤੇ ਉੱਥੇ ਦੇ ਆਗੂ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਅਸੀਂ ਇਹ ਭਾਰਤ ਨੂੰ ਸੌਂਪ ਦੇਣਾ ਹੈ ਕਿਉਂਕਿ ਨਿਰਮੋਦੀ ਅਜੇ ਇੰਗਲੈਂਡ ਦੇ ਵਿੱਚ ਹੈ ਤੇ ਉਹ ਅਜੇ ਭਾਰਤ ਨੂੰ ਸੌਂਪਿਆ ਨਹੀਂ ਗਿਆ ਉਸ ਦੀ ਹਵਾਲਗੀ ਅਜੇ ਤੱਕ ਨਹੀਂ ਹੋਈ ਤੇ ਮਹਿਲ ਚੌਕਸੀ ਹੋ ਸਕਦਾ ਹੈ ਕਿ ਆਪਣੇ ਭਾਂਜੇ ਨਾਲੋਂ ਪਹਿਲਾਂ ਭਾਰਤ ਵਿੱਚ ਆ ਜਾਵੇ ਇਸ ਨਾਲ ਸਰਕਾਰ ਨੂੰ ਕੀ ਰਾਹਤ ਮਿਲ ਸਕਦੀ ਹੈ ਇਸ ਗੱਲ ਦੇ ਬਾਰੇ ਵਿੱਚ ਅਸੀਂ ਕੁਝ ਨਹੀਂ ਕਹਿ ਸਕਦੇ ਉਹ ਆਪਣਾ ਜਿਹੜਾ ਸੀ ਉਹ ਆਪਣਾ ਦਾਵਾ ਇਸ ਕੋਲੋਂ ਪੇਸ਼ ਕਰਦੇ ਰਹੇ ਨੇ ਮਹਿਲ ਚੌਕਸੀ ਤੇ ਨਿਰਮੋਦੀ ਅਸੀਂ ਕੁਝ ਗਲਤ ਨਹੀਂ ਕੀਤਾ ਸਾਡਾ ਤੇ ਕਾਰੋਬਾਰ ਬੜਾ ਸਾਫ਼ ਸੁਥਰਾ ਸੀ ਤੇ ਹੀਰਿਆਂ ਦੇ ਵਪਾਰ ਦਾ ਕੰਮ ਇੱਕ ਮੋਟਾ ਜਿਹਾ ਅੰਦਾਜ਼ਾ ਦੇ ਦਵਾਂ ਕਿ ਇੰਨਾ ਵੱਡਾ ਵਪਾਰ ਸੀ ਮਹਿਲ ਚੌਕਸੀ ਦਾ ਕਿ ਇਹਨਾਂ ਦਾ ਗੀਤਾंजलि ਜੁਐਲਰਸ ਦੁਨੀਆ ਭਰ ਦੇ ਵਿੱਚ 4000 ਲੋਕੇਸ਼ਨਾਂ ਸਨ ਇਹਨਾਂ ਦੀਆਂ ਜਿਹੜੀਆਂ ਇਸ ਵੇਲੇ ਦਿਵਾਲੀਏ ਦਾ ਸ਼ਿਕਾਰ ਹੋ ਚੁੱਕੀਆਂ ਨੇ ਬੈਂਕਰਪਟ ਹੋ ਚੁੱਕੀਆਂ ਨੇ ਤੇ ਬੰਦ ਨੇ ਇਸ ਵੇਲੇ ਇਹਨਾਂ ਭਰਾਵਾਂ ਦੇ ਕੋਲੋਂ ਭਾਰਤ ਸਰਕਾਰ ਨੂੰ ਕੀ ਮਿਲੇਗਾ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਜੀ ਕੁਲਦੀਪ ਜੀ ਮੁੱਦੇ ਤੇ ਹਾਲੇ ਹੋਰ ਵੀ ਵੱਡੇ ਨੇ ਪਰ ਸਮਾਂ ਇਸ ਵੇਲੇ ਸਾਨੂੰ ਰੁਕਣ ਲਈ ਕਹਿ ਰਿਹਾ ਤੁਸੀਂ ਸਟੂਡੀਓ ਚਾਹੇ ਤੇ ਸਾਡੇ ਦਰਸ਼ਕਾਂ ਨਾਲ ਵਿਚਾਰਾਂ ਦੀ ਸਾਂਝ ਪਾਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਬਹੁਤ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ